ਮੈਂ ਚਮਚੇ ਦੀ ਗੱਲ ਕਰਦਾ ਅਕਸ਼ੇ ਕੁਮਾਰ ਦੀ ਉਹਨੇ ਇੱਕ ਟੋਪੀ ਪਹਿਨ ਕੇ ਸਰਦਾਰ ਦਾ ਕਿਰਦਾਰ ਨਿਭਾਇਆ ਜਿਵੇਂ ਸਾਨੂੰ ਚੁਟਕਲਿਆਂ ਵਾਲਾ ਸਰਦਾਰ ਦਿਖਾਇਆ ਗਿਆ ਨਾ ਉਹਨੇ ਚੁਟਕਲਿਆਂ ਵਾਲਾ ਸਰਦਾਰ ਬਣ ਕੇ ਪੇਸ਼ ਹੋਇਆ ਸੀ ਇਹ ਅਕਸ਼ੇ ਕੁਮਾਰ ਨੇ ਕਹੀ ਸੀ ਇਹ ਗੱਲ ਕਹਿੰਦਾ ਸ਼ਿਵਜੀ ਨੂੰ ਦੁੱਧ ਪੋਏ ਪਿਉਣ ਨਾਲ ਕੀ ਹੋ ਜੂ ਉਹਦੇ ਵਿਰੋਧ ਨਹੀਂ ਬੋਲਦੇ ਕਿਉਂਕਿ ਉਹ ਮੁਸਲਮਾਨ ਨਹੀਂ ਨਾ ਪੂਰੀ ਫਿਲਮ ਇੰਡਸਟਰੀ ਚ ਇੱਕ ਵੀ ਕਲਾਕਾਰ ਨਹੀਂ ਬੋਲਿਆ ਲੱਖ ਲਾਣ ਤਾ ਯਾਰ ਮੈਂ ਕਹਿੰਦਾ ਫਿਲਮ ਇੰਡਸਟਰੀ ਵਾਲਿਆਂ ਤੇ ਇਹ ਪੰਜਾਬ ਦੇ ਵਿੱਚ ਗਿੱਪੀ ਗਰੇਵਾਲ ਕਹਿੰਦਾ ਮੇਰੇ ਬੜੇ ਕਲੋਜ਼ ਨੇ ਉਹਨਾਂ ਵੱਲੋਂ ਵੀ ਖੁੱਲਕੇ ਕੀ ਇਸ ਮੂਵੀ ਦੇ ਪੱਖ 'ਚ ਨਹੀਂ ਗੱਲ ਕੀਤੀ ਗਈ। ਓ ਮਾਈ ਗਾਡ ਦੀ ਕੋਈ ਵਿਰੋਧਤਾ ਨਹੀਂ ਹੋਈ ਜਿਹਦੇ ਵਿੱਚ ਕਟਹਿਰੇ ਦੇ ਵਿੱਚ ਲਿਆ ਕੇ ਸਾਰੇ ਪੁਜਾਰੀਆਂ ਨੂੰ ਖੜਾ ਕਰ ਦਿੱਤਾ ਜਾਂਦਾ ਤੇ ਮੂੰਹਾਂ ਤੇ ਚਪੇੜੇ ਮਾਰੇ ਗਏ ਸੀ ਧਰਮ ਦੇ ਮੂੰਹ ਤੇ ਹਿੰਦੂਆਂ ਦੇ ਮੂੰਹ ਤੇ ਉਹੀ ਬੰਦਾ ਅੱਜ ਸੀਟ ਤੇ ਬੈਠਾ ਉਹਦਾ ਵਿਰੋਧਤਾ ਅਮੀਰ ਖਾਨ ਵੱਲੋਂ ਕੀਤੀ ਗਈ ਸੀ ਗੁਜਰਾਤ ਦੰਗਿਆਂ ਕਰਕੇ ਸ਼ਰੇਆਮ ਉਹਨੇ ਕੀ ਕਿਹਾ ਸੀ ਕਿਉਂਕਿ ਉਹ ਬੰਦਾ ਬੋਲਡ ਆ ਬੋਲਦਾ ਅੱਜ ਉਹਦੀ ਮੂਵੀ ਜਿਹੜੀ ਨਵੀਂ ਆਈ ਆ ਥੋੜਾ ਜੇ ਮੁਲਕ ਦਾ ਪ੍ਰਧਾਨ ਮੰਤਰੀ ਆ ਸ਼ਾਇਦ ਮੁਲਕ ਚੋਂ ਬੈਨ ਕਰਨ ਦੀ ਕੋਸ਼ਿਸ਼ ਕਰੂ ਪਰ ਯਾਦ ਰੱਖਿਓ ਕਲਾਕਾਰ ਤੋਂ ਬਹੁਤ ਹੀ ਆਸਨਾ ਰੱਖਿਓ ਕਿਉਂਕਿ ਕੀ ਇਹ ਸਮਾਜ ਨੂੰ ਚੇਂਜ ਲਿਆਉਣ ਵਾਸਤੇ ਜਾਂ ਉਹਨਾਂ ਨਾਲ ਮੱਥਾ ਲਾਉਣ ਵਾਸਤੇ ਥੋੜਾ ਕਿਰਦਾਰ ਹੋਣਾ ਬਹੁਤ ਜ਼ਰੂਰੀ ਹੈ ਤੇ ਜ਼ਿਆਦਾਤਰ ਕਲਾਕਾਰਾਂ ਦੇ ਕਿਰਦਾਰ ਨਹੀਂ ਹੁੰਦੇ ਅਥੀ ਯਾਰ ਮਾੜਾ ਜਿਹਾ ਬੋਲਣ ਲੱਗਦਾ ਨਾ ਮੇਰੇ ਅਰਕਾ ਤਾਂ ਮੂਰੋ ਗਾਲਾਂ ਵੇਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਕੌਣ ਕੀ ਆ ਗਾਲਾਂ ਦਿੰਦੇ ਆ ਟੂਲ ਕਿੱਟ ਵਾਲੇ ਦਿੰਦੇ ਆ ਤਤਰੀ ਕਾਲ ਆ ਰੰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅਮੀਰ ਖਾਨ ਦੀ ਨਵੀਂ ਫਿਲਮ ਜਿਹੜੀ ਆ ਉਹ ਰਿਲੀਜ਼ ਹੋਣ ਜਾ ਰਹੀ ਆ ਪਰ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਸੋਸ਼ਲ ਮੀਡੀਆ ਦੇ ਉੱਪਰ ਬੜੀ ਸ਼ੁਰਗਈ ਆ ਇਹ ਚਰਚਾ 네ਗੇਟਿਵ ਆ ਜਦੋਂ ਜਦੋਂ ਵੀ ਤੁਸੀਂ ਸੋਸ਼ਲ ਮੀਡੀਆ ਦਾ ਕੋਈ ਪਲੇਟਫਾਰਮ ਖੋਲੋਗੇ ਤਾਂ ਤੁਹਾਨੂੰ ਇੱਕੋ ਹੈਸ਼ਟੈਗ ਜਿਹੜਾ ਉਹ ਦੇਖਣ ਨੂੰ ਮਿਲੇਗਾ ਬਾਈਕਾਟ ਲਾਲ ਸਿੰਘ ਚੱਟਾ ਪਰ ਕਾਰਨ ਕੀ ਨੇ ਤੇ ਜੇਕਰ ਕੁਝ ਕੋ ਫਿਲਮੀ ਸਤਾਰਿਆਂ ਦੀ ਗੱਲ ਕਰੀਏ ਬਾਲੀਵੁੱਡ ਸਤਾਰਿਆਂ ਦੀ ਗੱਲ ਕਰੀਏ ਤਾਂ ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਇਹ ਵਿਵਾਦ ਜਿਹੜਾ ਹੈਗਾ ਆ ਉਹ ਅਮੀਰ ਖਾਨ ਨੇ ਖੁਦ ਬਣਾਇਆ ਮੈਂ ਗੱਲ ਕਰ ਰਿਹਾ ਕੰਗੜਾ ਰਣਾਉ ਤੋਰਾਂ ਦੀ ਅੱਜ ਗੱਲਬਾਤ ਇਸੇ ਚੀਜ਼ ਦੇ ਉੱਪਰ ਕਰਾਂਗੇ ਕਿ ਭਾਈ ਜਿਹੜਾ ਇਹ ਚੀਜ਼ ਹੋ ਰਹੀ ਆ ਬਾਈਕਾਟ ਦਾ ਜਿਹੜਾ ਹੈਸ਼ਟੈਗ ਚੱਲ ਰਿਹਾ ਉਹ ਕਿਉਂ ਚੱਲ ਰਿਹਾ ਕਿਰਦਾਰ ਕਿਸ ਤਰ੍ਹਾਂ ਦਾ ਅਮੀਰ ਖਾਨ ਵੱਲੋਂ ਇਸ ਫਿਲਮ ਦੇ ਵਿੱਚ ਪਲੇ ਕੀਤਾ ਜਾ ਰਿਹਾ ਇੱਥੇ ਮੈਂ ਇੱਕ ਹੋਰ ਗੱਲ ਦੱਸ ਦੇ ਮੈਂ ਅਮੀਰ ਖਾਨ ਉਹ ਅਦਾਕਾਰ ਆ ਜੋ ਆਪਣੀ ਫਿਲਮ ਹੁੰਦੀ ਹੈ ਤਾਂ ਉਹਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਖੁੱਭ ਜਾਂਦੇ ਨੇ ਉਹ ਕਹਿੰਦੇ ਨੇ ਕਿ ਮੈਨੂੰ ਕਿਸੇ ਤਰ੍ਹਾਂ ਦਾ ਬਨਾਵਟੀਪਣ ਜਿਹੜਾ ਉਹ ਪਸੰਦ ਨਹੀਂ ਆ ਮੈਂ ਰਿਐਲਿਟੀ ਦੇ ਵਿੱਚ ਬਲੀਵ ਕਰਦਾ ਹਾਂ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਭਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਰੁਪਿੰਦਰ ਭਾਈ ਦਾ ਸਵਾਗਤ ਕਰ ਲੈਂਦੇ ਆ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਰੁਪਿੰਦਰ ਭਾਈ ਸਵਾਗਤ ਆ ਆਰਐਮਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਰੁਪਿੰਦਰਜੀਤ ਸਿੰਘ ਵੱਲੋਂ ਤੇ ਲੋਕਤਕਰ ਲਾਇਰ ਵੱਲੋਂ ਸਤਿ ਸ਼੍ਰੀ ਅਕਾਲ ਜੀ ਰੁਪਿੰਦਰ ਭਾਈ ਕਿਵੇਂ ਦੇਖਦੇ ਹੋ ਫਿਲਮ ਆ ਰਹੀ ਆ ਲਾਲ ਸਿੰਘ ਚੱਡਾ ਰਿਲੀਜ਼ ਹੋਣੀ ਆ ਉਸ ਤੋਂ ਪਹਿਲੀ ਜਿਹੜਾ ਹੈਗਾ ਬਾਈਕਟ 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 ਜਦੋਂ ਇੱਕ ਫਿਲਮ ਦੇ ਵਿੱਚ ਤਸਵੀਰ ਦੇਖਦੇ ਆ ਅਮੀਰ ਖਾਨ ਦੀ ਤਾਂ ਸ਼ਾਇਦ ਇਹ ਕਿਤੇ ਨਹੀਂ ਲੱਗਦਾ ਕਿ ਯਾਰ ਇਹ ਕੋਈ ਮੁਸਲਮ ਕਲਾਕਾਰ ਆ ਐਂ ਲੱਗਦਾ ਕਿ ਇੱਕ ਸਾਡਾ ਪੰਜਾਬੀ ਚਿਹਰਾ ਜਿਹੜਾ ਹੈਗਾ ਉਹੀ ਹੁਬਹੁ ਆ ਤਾਂ ਫਿਰ ਪਰ ਬਾਈਕਟ ਕਿਉਂ ਅਸਲ 'ਚ ਭਾਈ ਜੀ ਬਾਈਕਾਰਡ ਦਾ ਮੇਨ ਸਭ ਤੋਂ ਵੱਡਾ ਕਾਰਨ ਇਹ ਆ ਕਿ ਜਿਹੜੀ ਉਹ ਫਿਰਕਾ ਪ੍ਰਸਤੀ ਦੀ ਰਾਜਨੀਤੀ ਆ ਸਭ ਤੋਂ ਵੱਡਾ ਕਾਰਨ ਆ ਜਿਹੜਾ ਦੂਸਰਾ ਉਸ ਤੋਂ ਬਿਨਾਂ ਜਿਹੜਾ ਪੰਜਾਬੀਅਤ ਨੂੰ ਬਦਨਾਮ ਕਰਨ ਦਾ ਪ੍ਰੋਪਾਗੈਂਡਾ ਪੂਰੇ ਮੁਲਕ ਦੇ ਵਿੱਚ ਵਰਡ ਲੈਵਲ ਤੇ ਵੀ ਚਲਾਇਆ ਜਾ ਰਿਹਾ ਕੁਝ ਏਜੰਸੀਆਂ ਵੱਲੋਂ ਚਲਾਇਆ ਜਾ ਰਿਹਾ ਕੁਝ মিডিਆ ਹਾਊਸ ਵੱਲੋਂ ਵੀ ਚਲਾਇਆ ਜਾ ਰਿਹਾ ਉਹਨਾਂ ਸਾਰਿਆਂ ਵੱਲੋਂ ਇਹਨੂੰ ਅਕਸ ਮਾਕੇ ਇਹਦੀ ਵਿਰੋਧਤਾ ਕੀਤੀ ਜਾ ਰਹੀ ਆ ਪਰ ਵਿਰੋਧਤਾ ਕਰਨ ਦਾ ਜਿਹੜਾ ਕਾਰਨ ਆ ਉਹ ਮੈਂ ਪਹਿਲਾਂ ਵੀ ਇੱਕ ਪੋਸਟ ਆਪਣੇ ਲੋਕਤਕਰ ਲਹਿਰ ਦੇ ਪੇਜ ਤੋਂ ਵੀ ਗੱਲ ਕੀਤੀ ਸੀ ਕਿ ਛੱਡਿਆਂ ਦਾ ਵਿਰੋਧ ਹੋ ਰਿਹਾ ਪੰਜਾਬ ਲੈਵਲ ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਲਾਲ ਸਿੰਘ ਛੱਡਾ ਦਾ ਨੈਸ਼ਨਲ ਮੀਡੀਆ ਵਿਰੋਧ ਕਰ ਰਿਹਾ ਪਰ ਲੋਕ ਉਹਦੇ ਨਾਲ ਨਹੀਂ ਪੰਜਾਬ ਦੇ ਵਿੱਚ ਇੱਕ ਛੱਡੇ ਦਾ ਜਿਹੜਾ ਮੀਡੀਆ ਹੈਗਾ ਪੰਜਾਬ ਦਾ ਮੀਡੀਆ ਹਾਊਸ ਆ ਉਹ ਕੀ ਉਹਨੂੰ ਸਪੋਰਟ ਕਰ ਰਿਹਾ ਪਰ ਲੋਕ ਕੀ ਆ ਉਹਦੇ ਖਿਲਾਫ ਨੇ ਪਰ ਦੂਸਰੇ ਪਾਸੇ ਲਾਲ ਸਿੰਘ ਛੱਡਾ ਦਾ ਲੋਕ ਸਾਥ ਦੇ ਰਿਹਾ ਸਾਥ ਕਿਉਂ ਦੇ ਰਹੇ ਆ ਕਿਉਂਕਿ ਉਹਦੇ ਵਿੱਚ ਜਿਹੜਾ ਕਿਰਦਾਰ ਲੋਕਾਂ ਨੂੰ ਦਿਖ ਰਿਹਾ ਉਹ ਇੱਕ ਆਦਰਸ਼ਕੀ ਹੈ ਇੱਕ ਸਰਦਾਰ ਦਾ ਕਿਰਦਾਰ ਆ ਕੋ ਟੋਪੀ ਵਾਲਾ ਸਰਦਾਰ ਨਹੀਂ ਦਿਖਾਇਆ ਗਿਆ ਜਿਵੇਂ ਇਹਨਾਂ ਨੇ ਆਪਦੇ ਚਮਚੇ ਪਹਿਲਾਂ ਇਹਨਾਂ ਚਮਚਿਆਂ ਨੇ ਇਹਨਾਂ ਦਿਨ ਸਰਦਾਰ ਦਾ ਇੱਕ ਰੋਲ ਪਲੇ ਕੀਤਾ ਸੀ ਸਾਰੇ ਜਾਣਦੇ ਮੈਂ ਚਮਚੇ ਦੀ ਗੱਲ ਕਰਦਾ ਅਕਸ਼ੇ ਕੁਮਾਰ ਦੀ ਉਹਨੇ ਇੱਕ ਟੋਪੀ ਪਹਿਣ ਕੇ ਸਰਦਾਰ ਦਾ ਕਿਰਦਾਰ ਨਿਭਾਇਆ ਜਿਵੇਂ ਸਾਨੂੰ ਚੁਟਕਲੇ ਵਾਲਾ ਸਰਦਾਰ ਦਿਖਾਇਆ ਗਿਆ ਨਾ ਉਹਨੇ ਚੁਟਕਲੇ ਵਾਲਾ ਸਰਦਾਰ ਬਣ ਕੇ ਪੇਸ਼ ਹੋਇਆ ਸੀ ਪਰ ਇਸ ਵਾਰ ਅਮੀਰ ਖਾਨ ਨੇ ਅਸੀਂ ਮੁਸਲਮਾਨ ਕਹਿ ਦਿੰਨੇ ਆ ਬਾਈ ਜੀ ਪਰ ਮੈਂ ਕਹਣਾ ਕਿ ਅਮੀਰ ਖਾਨ ਦੇ ਜਿਹੜੇ ਕੰਮ ਨੇ ਜੀ ਅਸੀਂ ਪਿਛਲੇ ਸਾਰੇ ਕੰਮ ਚੱਕ ਲਈਏ ਨਾ ਤਾਂ ਮੈਂ ਕਹਣਾ ਕਿ ਪੰਜਾਬ ਦੇ ਮਾ ਕੇ ਪੂਰੇ ਮੁਲਕ ਦਾ ਛੱਡੋ ਦੁਨੀਆ ਦੇ ਵਿੱਚ ਸਭ ਤੋਂ ਚੰਗਾ ਜੇ ਕਲਾਕਾਰ ਕੋਈ ਮੰਨਿਆ ਜਾ ਸਕਦਾ ਤਾਂ ਅਮੀਰ ਖਾਨ ਮੰਨਿਆ ਜਾ ਸਕਦਾ ਜਿਹੜਾ ਮਨੁੱਖਤਾ ਦੇ ਲਈ ਕੰਮ ਕਰਦਾ ਜਿਹੜਾ ਸਭ ਤੋਂ ਵੱਡਾ ਧਰਮ ਆ ਅੱਜ ਉਹਨੂੰ ਮੁਸਲਮਾਨ ਕਹਿ ਕੇ ਵਿਰੋਧਤਾ ਹੋ ਰਹੀ ਆ ਪਰ ਓ ਮਾਈ ਗਾਡ ਦੀ ਕੋਈ ਵਿਰੋਧਤਾ ਨਹੀਂ ਹੋਈ ਜਿਹਦੇ ਵਿੱਚ ਕਟਾਰੇ ਦੇ ਵਿੱਚ ਲਿਆ ਕੇ ਸਾਰੇ ਪੁਜਾਰੀਆਂ ਨੂੰ ਖੜਾ ਕਰ ਦਿੱਤਾ ਜਾਂਦਾ ਤੇ ਮੂੰਹਾਂ ਤੇ ਚਪੇੜੇ ਮਾਰੇ ਗਏ ਸੀ ਧਰਮ ਦੇ ਮੂੰਹ ਤੇ ਹਿੰਦੂਆਂ ਦੇ ਮੂੰਹ ਤੇ ਪਰ ਉਹਦੀ ਵਿਰੋਧਤਾ ਕੋਈ ਨਹੀਂ ਹੋਈ ਪਰ ਕਿਉਂ ਨਹੀਂ ਹੋਈ ਵਿਰੋਧਤਾ ਕਿਉਂਕਿ ਉਹਦੇ ਚ ਅਦਾਕਾਰ ਸੀ ਜਿਹੜਾ ਉਹ ਮੁਸਲਮਾਨ ਨਹੀਂ ਸੀ ਇੱਕ ਇਹਨਾਂ ਦਾ ਚਮਚਾ ਸੀ ਜਿਨੇ ਕੇ ਮੋਦੀ ਨੂੰ ਕਹਿੰਦੇ ਵਖਤ ਪਾਤਾ ਜੀ ਬੜੇ ਔਖੇ ਸਵਾਲ ਕੀਤੇ ਸੀ ਉਹ ਔਖੇ ਸਵਾਲ ਮੈਂ ਸਾਰੇ ਤੁਹਾਡੇ ਨਾਲ ਸਾਂਝੇ ਵੀ ਕਰ ਲੈਣਾ ਜਿਵੇਂ ਉਹਨੇ ਪੁੱਛ ਲਿਆ ਮੋਦੀ ਸਾਹਿਬ ਨੂੰ ਪੁੱਛਿਆ ਸੀ ਉਸੇ ਅਕਸ਼ੇ ਕੁਮਾਰ ਨੇ ਪੁੱਛਿਆ ਕੀ ਜੀ ਉਹ ਕਹਿੰਦਾ ਜੀ ਤੁਸੀਂ ਅੰਬ ਖਾ ਲੈਨੇ ਜੇ ਖਾਣੇ ਉਹ ਕੱਟ ਕੇ ਖਾਣੇ ਹੋ ਜਾਂ ਚੂਪ ਕੇ ਖਾਣੇ ਹੋ ਓਏ ਜਿਹੜੇ ਬੰਦੇ ਨੇ ਮੁਲਕ ਚੂਪ ਕੇ ਸਿੜਤਾ ਤੂੰ ਉਸ ਬੰਦੇ ਨੂੰ ਸਵਾਲ ਪੁੱਛ ਵੀ ਤੂੰ ਅੰਬ ਖਾਂਦਾ ਨਹੀਂ ਤੂੰ ਉਹਨੂੰ ਪੁੱਛ ਤੂੰ ਮੀੜ ਮਕੇ 에ਅਰਪੋਰਟ ਕਿਵੇਂ ਖਾਦੇ ਆ ਤੂੰ ਰੇਲਵੇ ਕਿਵੇਂ ਖਾਦੀ ਆ ਤੂੰ ਆਲਾਈਸੀ ਕਿਵੇਂ ਖਾਦੀ ਆ ਉਸ ਤੋਂ ਪੁੱਛਿਆ ਕੀ ਜਾ ਰਿਹਾ ਉਹ ਕਹਿੰਦਾ ਜੀ ਹਿਊਮਰ ਕੰਟੈਂਟ ਤੁਹਾਡੇ ਚ ਅਜੇ ਹੈਗਾ ਉਹ ਕਹਿੰਦਾ ਫਸਟ ਟਾਈਮ ਤੁਹਾਨੂੰ ਮੈਂ ਮਿਲਿਆ ਸੀ ਜਦੋਂ ਗੁਜਰਾਤ ਇਲੈਕਸ਼ਨ ਦੇ ਵਿੱਚ ਉਦੋਂ ਕਹਿੰਦਾ ਵੀ ਤੁਸੀਂ ਬੜਾ ਵਧੀਆ ਚੁਟਕਲੇ ਸੁਣਾਏ ਸੀ ਉਹ ਜਿਹੜਾ ਬੰਦਾ ਮੁਲਕ ਦਾ ਮਜ਼ਾਕ ਬਣਾ ਗਿਆ ਉਹ ਬੰਦੇ ਨੂੰ ਪੁੱਛ ਰਿਹਾ ਅਕਸ਼ੇ ਕੁਮਾਰ ਉਹਦੀ ਮ ਉਹ ਮੁਸਲਮਾਨ ਨਹੀਂ ਸੀ ਸਿਰਫ ਜਿਹੜਾ ਬਈ ਜੀ ਵਿਰੋਧਤਾ ਦਾ ਕਾਰਨ ਆਣਾ ਮੇਨ ਇਕੱਲੀ ਫਿਰਕਾਪ੍ਰਸਤੀ ਰਾਜਨੀਤੀ ਦੇ ਨਾਲ ਧਰਮ ਦੀ ਰਾਜਨੀਤੀ ਕਿਉਂਕਿ ਇਲੈਕਸ਼ਨ ਆਉਣ ਆਲੇ ਆ ਸਭ ਤੋਂ ਵੱਡਾ ਕਾਰਨ ਉਹੀ ਆ ਤੁਸੀਂ ਗੱਲ ਕੀਤੀ ਹੈ ਕੰਗਨਾਰ ਰਣੌਤ ਦੀ ਕੰਗਨਾਰ ਰਣੌਤ ਨੇ ਸਾਡੇ ਪੰਜਾਬੀਆਂ ਦਾ ਜਿਹੜਾ ਸਿਰ ਦੇ ਚ ਸਵਾਹ ਪਾਉਣ ਦੀ ਕੋਸ਼ਿਸ਼ ਕੀਤੀ ਸਾਡੀ ਇੱਕ ਮਾਂ ਨੂੰ ਨਿੰਦਣ ਦੀ ਕੋਸ਼ਿਸ਼ ਕੀਤੀ ਉਹਨੇ ਦਾ ਮਜ਼ਾਕ ਕਢਾਇਆ ਸੀ ਇਹ ਜਿੰਨੇ ਚਮਚਾਗਰੀ ਨਾਲ ਮੈਂ ਕਹਿੰਦਾ ਜੇ ਉਹ ਕਾਮਯਾਬ ਹੋਣੇ ਹੁੰਦੇ ਨਾ ਮੈਂ ਕਹਿੰਦਾ ਕੰਗਨਾਰ ਰਣੌਤ ਦਾ ਜਿਹੜਾ ਪਤਨਾ ਉਹ ਤੋਂ ਤੋਂ ਸ਼ੁਰੂ ਹੋਇਆ ਜਦੋਂ ਤੋਂ ਉਹਨੇ ਕੀ ਪੰਜਾਬੀਆਂ ਨਾਲ ਮੱਥਾ ਲਾਇਆ ਅਸੀਂ ਦੇਖਦੇ ਹਾਂ ਕਿ ਉਹਨੇ ਉਸ ਤੋਂ ਬਾਅਦ ਇੱਕ ਧਾਕੜ ਫਿਲਮ ਆਉਂਦੀ ਆ ਉਹਦੀ ਜਿਹਦਾ ਪੂਰਾ ਪ੍ਰਚਾਰ ਕੀਤਾ ਜਾਂਦਾ ਸਭ ਕੁਝ ਕੀਤਾ ਜਾਂਦਾ ਪਰ ਬਾਕਸ ਆਫ ਤੇ ਮੂਹਰੇ ਮੂਹ ਡਿੱਗਦੀ ਆ ਉਤੋਂ ਇਲਾਵਾ ਅਕਸ਼ੇ ਕੁਮਾਰ ਦੀ ਬੈਲ ਬਾਟਮ ਆਉਂਦੀ ਆ ਹੋਰ ਬੜੀਆਂ ਮੂਵੀਜ਼ ਆਉਂਦੀਆਂ ਨੇ ਤੇ ਲੋਕਾਂ ਨੇ ਨਕਾਰਤੀਆਂ ਕਿਉਂਕਿ ਅੱਜ ਕੱਲ ਲੋਕ ਬੜੇ ਸਿਆਣੇ ਨੇ ਲੋਕ ਪੂਰੀ ਤਰ੍ਹਾਂ ਕੰਟੈਂਟ ਕੀ ਆ ਦੇਖਦੇ ਆ ਅੱਜ ਕੱਲ ਕੰਟੈਂਟ ਕੀ ਆ ਤੇ ਅਮੀਰ ਖਾਨ ਦੀ ਮੂਵੀ ਨਾਲੋਂ ਚੰਗਾ ਕੰਟੈਂਟ ਕਿਸੇ ਹੁੰਦਾ ਨਹੀਂ ਅਥੀ ਤਾਰੇ ਜਮੀ पे देखी ਉਹਨੇ ਪੇਰੈਂਟਿੰਗ ਦਾ ਮੁੱਦਾ ਸਭ ਤੋਂ ਵੱਡਾ ਹਵਾਰ ਹੈ ਜਿਹੜਾ ਸਭ ਤੋਂ ਵੱਡਾ ਕਾਰਨ ਅਜ ਨੌਜਵਾਨਾਂ ਚ ਨਸ਼ੇ ਦਾ ਕਾਰਨ ਨੌਜਵਾਨਾਂ ਦੀ ਫਰਸਟ੍ਰੇਸ਼ਨ ਦਾ ਕਾਰਨ ਆ ਉਸ ਕਾਰਨੂ ਕੀ ਆ ਮੂਰੇ ਲੈ ਕੇ ਆ ਉਹਨੂੰ ਕਿਵੇਂ ਹੈਂਡਲ ਕਰਨਾ ਪੇਰੈਂਟਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਪਰਬ੍ਰਿਸ਼ ਕਿਸ ਤਰ੍ਹਾਂ ਦੀ ਹੋਵੇ ਉਸ ਤੋਂ ਬਿਨਾ ਪੀਕੇ ਮੂਵੀ ਦੀ ਗੱਲ ਕਰੀਏ ਜਿਹਨੂੰ ਲੈਕੋ ਦੀ ਵਿਰੋਧਤਾ ਕੀਤੀ ਜਾ ਰਹੀ ਆ ਕਹਿੰਦੇ ਜੀ Hindu ਧਰਮ ਦਾ ਮਜ਼ਾਕ ੜਾਇਆ ਗਿਆ ਉਹਦੇ ਚ ਮੈਂ ਕਹਿੰਦਾ ਬਈ ਜੀ ਜਿਸ ਤਰੀਕੇ ਨਾਲ ਉਸਤੇ ਗੱਲ ਕੀਤੀ ਗਈ ਆ ਧਰਮ ਤੇ ਕਟਾਕਸ਼ ਕੀਤੇ ਗਏ ਆ ਸਭ ਤੋਂ ਵੱਧ Hindu ਵੀਰਾਂ ਨੇ ਉਹਨੂੰ ਪਸੰਦ ਕੀਤਾ ਸੀ ਕਿਉਂਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਹੁੰਦੀ ਆ ਜਿਹੜੇ ਢੰਗ ਨਾਲ ਅਜੇ Hinduਵਾਦ ਨੂੰ ਪ੍ਰਚਾਰਿਆ ਜਾ ਰਿਹਾ ਲੋਕ ਮੈਂ ਕਹਿੰਦਾ ਮੈਂ ਸਨਾਤਨ ਨੂੰ ਬੜਾ ਡੀਪਲੀ ਸਟੱਡੀ ਕੀਤਾ ਮੈਂ ਕਹਿੰਦਾ ਲੋਕ ਸਨਾਤਨਿਕ ਹੋਣਾ ਪਸੰਦ ਕਰਦੇ ਆ ਪਰ Hinduਤਵ ਨੂੰ ਲੋਕ ਨਫ਼ਰਤ ਕਰਨ ਲੱਗੇ ਉਹ ਇਹੋ ਜਿਹੇ ਲੋਕਾਕਰਨੇ ਕਰਕੇ ਕਰਨ ਲੱਗੇ ਜਿਹੜੇ ਅੱਜ ਪ੍ਰੋਪਾਗੈਂਡਾ ਪ੍ਰਚਾਰ ਕਰ ਰਹੇ ਜਿਵੇਂ ਲਾਲ ਸਿੰਘ ਚੱਡਾ ਦਾ ਵਿਰੋਧ ਕਰਤਾ ਜੀ ਹਾਲਾਂਕਿ ਕੱਖ ਨਹੀਂ ਬਗੜ ਸਕਦੇ ਇਹੀ ਅਮੀਰ ਖਾਨ ਨੇ ਜਦੋਂ ਨਰਮਦਾ ਬਚਾਓ ਅੰਦੋਲਨ ਵਿੱਚ ਮੇਦਾ ਪਾਟ ਕਰਨ ਨਾਲ ਰੋਲ ਪਾ ਕੇ ਉੱਥੇ ਪਾਰਟਿਸਿਪੇਟ ਕੀਤਾ ਇਨਾ ਗੁਜਰਾਤ ਦੇ ਵਿੱਚ ਤਾਂ ਉਦੋਂ ਦੀ ਫਨਾ ਮੂਵੀ ਆਉਂਦੀ ਆ ਜਿਹਨੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ ਹਾਲਾਂਕਿ ਗੁਜਰਾਤ ਦੇ ਮੋਦੀ ਨੇ ਲੱਗਨ ਨਹੀਂ ਦਿੱਤੀ ਸੀ ਅੱਜ ਕੀ ਹੈ ਉਹੀ ਬੰਦਾ ਅੱਜ ਸੀਟ ਤੇ ਬੈਠਾ ਉਹਦਾ ਵਿਰੋਧ ਆ ਅਮੀਰ ਖਾਨ ਵੱਲੋਂ ਕੀਤੀ ਗਈ ਸੀ ਗੁਜਰਾਤ ਦੰਗਿਆਂ ਕਰਕੇ ਸ਼ਰੇ ਆਮੂ ਨੇ ਕੀ ਕਿਹਾ ਸੀ ਕਿਉਂਕਿ ਉਹ ਬੰਦਾ ਬੋਲਡ ਆ ਬੋਲਦਾ ਅੱਜ ਉਹਦੀ ਮੂਵੀ ਜਿਹੜੀ ਨਵੀਂ ਆਈ ਆ ਹੁਣ ਅਜੇ ਮੁਲਕ ਦਾ ਪ੍ਰਧਾਨ ਮੰਤਰੀ ਆ ਸ਼ਾਇਦ ਮੁਲਕ ਚੋਂ ਬੈਨ ਕਰਨ ਦੀ ਕੋਸ਼ਿਸ਼ ਕਰੂ ਪਰ ਯਾਦ ਰੱਖਿਓ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਦੱਬ ਕੇ ਇਸ ਮੂਵੀ ਦੀ ਸਪੋਰਟ ਕਰੋ ਕਿਉਂਕਿ ਇੱਕ ਪੰਜਾਬੀ ਕਿਰਦਾਰ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਜਿਹੜਾ ਇਹ ਹਿੰਦੂ ਤਵ ਤਾਕਤਾਂ ਨਹੀਂ ਚਾਹੁੰਦੀਆਂ ਕਿ ਪੰਜਾਬੀਆਂ ਦਾ ਕਿਰਦਾਰ ਲੋਕਾਂ 'ਚ ਜਾਵੇ ਸਾਨੂੰ ਮਜ਼ਾਕ ਦਾ ਪਾਤਰ ਹੀ ਬਣਾ ਕੇ ਦਿਖਾਉਣਾ ਚਾਹੁੰਦੇ ਆ ਪਰ ਅਮੀਰ ਖਾਨ ਨੇ ਜਿਹੜਾ ਰੋਲ ਪਲੇ ਕੀਤਾ ਜਿਹੜੀ ਮੂਵੀ ਤੋਂ ਇਨਸਪਾਇਰ ਹੋ ਕੇ ਕੀਤਾ ਉਹ ਮੂਵੀ ਬਾਈ ਜੀ ਬਾ ਕਮਾਲ ਆ ਤੇ ਉਸ ਮੂਵੀ ਜਿਹੜਾ ਮੈਸੇਜ ਹੈ ਉਹ ਸਹੀ ਮੈਸੇਜ ਕੀ ਹੈ ਡਿਲੀਵਰ ਹੋ ਗਿਆ ਲੋਕਾਂ ਨਾਲ ਤਾਂ ਮੇਰੇ ਖਿਆਲ ਚ ਲੋਕਾਂ ਦੀ ਜ਼ਿੰਦਗੀ ਬਦਲ ਜਾਣੀ ਹੈ ਇਸ ਫਿਲਮ ਦੇ ਨਾਲ ਐਡਾ ਜ਼ਬਰਦਸਤ ਮੈਸੇਜ ਉਹ ਇਸ ਫਿਲਮ ਦੇ ਵਿੱਚ ਅੱਛਾ ਇੱਕ ਚੀਜ਼ ਹੋਰ ਆ ਜਿਵੇਂ ਤੁਸੀਂ ਕਿਰਦਾਰ ਦੀ ਗੱਲ ਕਰਕੇ ਭੂਮਿਕਾ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਖੋਬੇ ਆ ਜਿਵੇਂ ਪਹਿਲਾਂ ਕਿਰਦਾਰ ਸਰਦਾਰ ਦੇ ਦਿਖਾਏ ਗਿਆ ਤੁਸੀਂ ਅਕਸ਼ੇ ਕੁਮਾਰ ਹੋਰਾਂ ਦੀ ਗੱਲ ਕਰੀਏ ਹੋਰ ਵੀ ਬੜੇ ਕਲਾਕਾਰ ਨੇ ਉਹਨਾਂ ਵੱਲੋਂ ਦਿਖਾਏ ਗਿਆ ਸ਼ਾਇਦ ਅਮੀਰ ਖਾਨ ਵੀ ਉਸ ਤਰ੍ਹਾਂ ਦਾ ਕਰ ਸਕਦੇ ਸੀ ਪਰ ਉਹ ਕਹਿੰਦੇ ਨਹੀਂ ਉਹਨਾਂ ਨੇ ਸਮਾਂ ਲਿਆ ਕਿ ਪੂਰੀ ਤਰ੍ਹਾਂ ਦੇ ਨਾਲ ਦਾੜੀ ਜਿਹੜੀ ਹੈ ਵਧਾਈ ਤੇ ਵੱਡੀ ਗੱਲ ਬਾਈ ਜਿਹੜੇ ਪੱਗ ਦਾ ਜਦੋਂ ਪਹਿਲਾਂ ਲੜ ਲਾਉਂਦੇ ਉਹ ਚੀਜ਼ ਤਾਂ ਮੈਨੂੰ ਲੱਗਦਾ ਸ਼ਾਇਦ ਆਪਣੇ ਬਹੁਤੇ ਪੰਜਾਬੀਆਂ ਨੂੰ ਸਾਡੇ ਵਰਗਿਆਂ ਨੂੰ ਵੀ ਨਹੀਂ ਆਉਂਦੀ ਹੋਣੀ ਜਿਨ੍ਹਾਂ ਨੇ ਪੱਗ ਜਿਹੜੀ ਬਹੁਤ ਘੱਟ ਬੰਨਦੇ ਤੇ ਉਹ ਲੱਗਦਾ ਨਹੀਂ ਹੈ ਕਿ ਕੋਈ ਯਾਰ ਜਿਹਨੂੰ ਨਹੀਂ ਪਤਾ ਹੋਣਾ ਉਹ ਬੰਦਾ ਪੱਗ ਬੰਨ ਰਿਹਾ ਬਿਲਕੁਲ ਬਾਈ ਜੀ ਮੈਂ ਕਹਣਾ ਕਿ ਅਮੀਰ ਖਾਨ ਇੱਕ ਪਰਫੈਕਟ ਉਹਨੂੰ ਪਰਫੈਕਟ ਮੰਨ ਕਿਹਾ ਜਾਂਦਾ ਖਾਸ ਤੌਰ ਤੇ ਇਹ ਆਪਣੀ ਫਿਲਮਾਂ ਦੇ ਖੇਤਰ ਦੇ ਵਿੱਚ ਜਿਹੜਾ ਵੀ ਉਹਨਾਂ ਰੋਲ ਪਲੇ ਕੀਤਾ ਅੱਜ ਤੱਕ ਉਹ ਬੰਦਾ ਉਸ ਦੇ ਵਿੱਚ ਖੁੱਬਕੇ ਰੋਲ ਕਰਦਾ ਹੁਣ ਅਕਸ਼ੇ ਕੁਮਾਰ ਨੇ ਵੀ ਸਰਦਾਰ ਦਾ ਰੋਲ ਪਲੇ ਕੀਤਾ ਇੱਕ ਪਾਸੇ ਅਮੀਰ ਖਾਨ ਨੇ ਕੀਤਾ ਕਲੀ ਪੱਗ ਦੀ ਗੱਲ ਨਹੀਂ ਕਰਦੇ ਮੈਂ ਕਹਣਾ ਬਾਈ ਜੀ ਜਿਹੜੀ ਪੱਗ ਪੰਜਾਬ ਚ ਮੱਕੇ ਅਸਲ ਚ ਬੰਨੀ ਜਾਂਦੀ ਹੈ ਉਹੀ ਪੱਗ ਹੈ ਤੁਸੀਂ ਲੜ ਲਾਉਣ ਦੀ ਗੱਲ ਕੀਤੀ ਆ ਉਹ ਲੜ ਨਹੀਂ ਮੈਂ ਕਹਣਾ ਅਮੀਰ ਖਾਨ ਖੁਦ ਪੱਗ ਬੰਨਣੀ ਸਿੱਖਿਆ ਉਸ ਤੋਂ ਇਲਾਵਾ ਉਹ ਬੰਦੇ ਨੇ ਜਿਸ ਤਰੀਕੇ ਨਾਲ ਗੈਟਅਪ ਲਿਆ ओरिजिनल ਦਾੜੀ ਕੀਆ ਓਡੀ ਵੱਡੀ ਦਾੜੀ ਮੈਂ ਕਹਿੰਦਾ ਮੇਰੇ ਵਰਗੇ ਬਹੁਤਾਰੇ ਸੋਚਦੇ ਆ ਪਰ ਅਸੀਂ ਡੋਲ ਜਾਂਦੇ ਆ ਸਾਡੇ ਵਰਗੇ ਤੋਂ ਦਾੜੀ ਨਹੀਂ ਵਧਾਈ ਜਾਂਦੀ ਪਰ ਉਹ ਬੰਦੇ ਨੇ ਜੇ ਸ਼ਿੱਦਤ ਨਾਲ ਕੰਮ ਕੀਤਾ ਗਦਨੀ ਮੂਵੀ ਚ ਵੀ ਅਸੀਂ ਉਹਦਾ ਕੰਮ ਦੇਖਿਆ ਬਾਕੂਬੀ ਦੇਖਿਆ ਕਿ ਉਹ ਬੰਦਾ ਕਰੈਕਟਰ ਚ ਇੰਨਾ ਖੁੱਭ ਕੇ ਕੰਮ ਕਰਦਾ ਤੇ ओरिजिनल ਉਹਨੂੰ ਬਣਾ ਦਿੰਦਾ ਇਸੇ ਕਰਕੇ ਅਸੀਂ ਕਹਿੰਨਾ ਕਿ ਸਰਦਾਰ ਦਾ ओरिजिनल ਜਿਹੜਾ ਸਰਦਾਰ ਆ ਨਾ ਉਹਨੇ ਇੱਕ ਬੜੀ ਵਧੀਆ ਗੱਲ ਕਹੀ ਆ ਬਾਈ ਜੀ ਫਿਲਮ ਬਾਰੇ ਉਹ ਕਹਿੰਦਾ ਜਿਹੜਾ ਮੈਂ ਰੋਲ ਪਲੇ ਕਰ ਰਿਹਾ ਹਾਂ ਨਾ ਮੈਂ ਕਿ ਨਿਭਾ ਰਿਹਾ ਹਾਂ ਉਸ ਰੋਲ ਨੂੰ ਕਹਿੰਦਾ ਮੈਂ ਖੁਦ ਜਿਉਣਾ ਚਾਹਣਾ ਪਰ ਉਹ ਜੇ ਮੈਂ ਪਰਫੈਕਟ ਬਣ ਨਹੀਂ ਸਕਦਾ ਇਹਦਾ ਮਤਲਬ ਕਿੱਡਾ ਵਧੀਆ ਸਰਦਾਰ ਦਾ ਕਿਰਦਾਰ ਦਿਖਾਇਆ ਹੋ ਫਿਲਮ ਚ ਜਿਹੜਾ ਉਹ ਬੰਦਾ ਪਰਫੈਕਟ ਜਿਹਨੂੰ ਕਹਿੰਦੇ ਆ ਉਹ ਕਹਿੰਦਾ ਵੀ ਮੈਂ ਨਹੀਂ ਉਹ ਚੀਜ਼ ਬਣ ਸਕਿਆ ਆਪਦੀ ਜ਼ਿੰਦਗੀ ਚ ਜਿਹੜਾ ਮੈਂ ਰੋਲ ਪਲੇ ਕਰ ਰਿਹਾ ਲਾਲ ਸਿੰਘ ਚੱਡਾ ਦਾ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਮੂਵੀ ਤੋਂ ਬਣਾ ਕੇ ਇਨਸਪਾਇਰ ਹੋ ਕੇ ਮੂਵੀ ਬਣਾਈ ਜਾ ਰਹੀ ਆ ਨਾ ਉਸ ਮੂਵੀ ਦੇ ਕੰਟੈਂਟ ਨੂੰ ਸਾਰਾ ਕਿਉਂਕਿ ਪੁਰਾਣੇ ਟਾਈਮ ਚ ਦੇਖੀ ਵੀ ਆ ਬਾਈ ਜੀ ਉਹ ਫਿਲਮ 94 ਦੇ ਵਿੱਚ ਆਈ ਹੋਈ ਆ ਫੋਰੈਸਟ ਮੱਕੀ ਗੰਪ ਦੀ ਮੂਵੀ ਆ ਨ ਉਹਦੇ ਵਿੱਚ ਇੱਕ ਬੜਾ ਇੰਟਰਸਟਿੰਗ ਡਾਇਲੋਗ ਆ ਬਾਈ ਜੀ ਮੈਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰੂੰਗਾ ਉਹਦੇ ਚ ਨਾ ਸਟਾਰਟਿੰਗ ਦੇ ਵਿੱਚ ਇੱਕ ਬੱਚਾ ਅਬਨਾਰਮਲ ਹੁੰਦਾ ਉਹਨੂੰ ਥੋੜੇ ਮੈਂ ਕਿ ਸਪੋਰਟਿੰਗ ਲੈਗਸ ਲਾਈਆਂ ਜਾਂਦੀਆਂ ਪਰ ਉਹਨੂੰ ਡਾਕਟਰ ਨਾ ਇੱਕ ਗੱਲ ਕਹਿੰਦਾ ਉਹਦੇ ਚ ਉਸ ਮੂਵੀ ਦੇ ਵਿੱਚ ਉਹ ਇਸ ਇਹਦੇ ਵਿੱਚ ਵੀ ਸ਼ਾਇਦ ਉਹ ਦਿਖਾਇਆ ਜਾਊ ਪਰ ਉਹ ਡਾਕਟਰ ਨਾ ਇੱਕ ਕਮੈਂਟ ਕਰਦਾ ਉਹਦੇ ਚ ਉਹ ਕਹਿੰਦਾ ਕਿ ਇੱਕ ਡਾਇਲੋਗ ਆ ਉਹਦਾ ਉਹ ਕਹਿੰਦਾ ਵੀ ਤੁਹਾਡੇ ਬੱਚੇ ਦੀਆਂ ਲੱਤਾਂ ਖਰਾਬ ਨਹੀਂ ਹੈਗੀਆਂ ਇਹਦੀ ਰੀਡ ਦੀ ਹੱਡੀ ਟੇਢੀ ਆ ਪੋਲੀਟੀਸ਼ੀਨਾਂ ਵਾਂਗ ਮੈਂ ਦੱਸਣਾ ਚਾਹਣਾ ਕਿ ਸਾਡੇ ਪੋਲੀਟੀਸ਼ਨਾਂ ਤੇ ਵੀ ਇਹ ਵਿਅੰਗੇਸ ਫਿਲਮ 'ਚ ਵੀ ਹੋਣਾ ਪਰ ਮੈਂ ਦੱਸਦਾ ਕਿ ਸਾਡੇ ਪੋਲੀਟੀਸ਼ਨਾਂ ਦੀ ਰੀੜ ਦੀ ਹੱਡੀ ਬਾਈ ਜੀ ਟੇਢੀ ਨਹੀਂ ਹੈ ਸਾਡੇ ਪੋਲੀਟੀਸ਼ਨਾਂ ਦੀ ਰੀੜ ਦੀ ਹੱਡੀ ਕੱਢ ਲਈ ਗਈ ਆ ਮੈਂ ਅਕਸਰ ਗੱਲ ਕਰਦਾ ਹੁੰਨਾ ਕਿਉਂਕਿ ਜਿੱਧਰ ਨੂੰ ਮਰਜ਼ੀ ਮੋੜ ਲਓ ਸੀ ਪੰਜਾਬ 'ਚ ਵੀ ਦੇਖੀ ਜਾਂਦੇ ਆ ਸਾਡੇ ਠੀਕ ਹੈ ਉਸੇ ਤਰ੍ਹਾਂ ਸੀ ਸੈਂਟਰ 'ਚ ਵੀ ਦੇਖੀ ਜਾਂਦੇ ਆ ਅੱਜ ਮੋਦੀ ਵਰਗਿਆਂ ਦੀ ਰੀੜ ਦੀ ਹੱਡੀ ਨਹੀਂ ਹੈ ਉਹਨਾਂ ਦੀ ਰੀੜ ਦੀ ਹੱਡੀ ਕੱਢੀ ਆ ਕਾਰਪੋਰੇਟਾਂ ਨੇ ਸਾਡੇ ਪੰਜਾਬ ਦੇ ਸਿਆਦਦਾਨਾਂ ਦੀ ਰੀੜ ਦੀ ਹੱਡੀ ਕਿੰਨਾ ਨੇ ਕੱਢੀ ਆ ਉਹਦੇ ਬਾਰੇ ਮੈਂ ਪਿੱਛੇ ਜੇ ਪੋਸਟਾਂ 'ਚ ਲੋਕ ਅਧ ਜਿਵੇਂ ਉਥੇ ਆਪਣੇ ਵੀ ਸੀ ਸਾਹਿਬ ਨੂੰ ਲੰਬਾ ਪਾਇਆ ਗਿਆ ਮੈਂ ਗੱਲ ਕੀਤੀ ਸੀ ਕਿ ਲੰਬਾ ਕਿੱਡੀ ਗੱਲ ਆ ਲੰਬਾ ਤਾਂ ਹਰੇਕ ਹੀ ਪੈਂਦਾ ਅੱਜ ਕੱਲ ਜਿਹੜੇ ਮੰਤਰੀ ਸਾਹਿਬ ਨੇ ਉਹਨਾਂ ਨੂੰ ਲੰਬਾ ਪਾਇਆ ਸੀ ਉਹ ਖੁਦ ਵੀ ਟਿਕਟ ਲੈਣ ਵਾਸਤੇ ਐਮ ਐਲ ਏ ਦੀ ਲੰਬੇ ਪਏ ਹੋਣਗੇ ਅੱਜ ਸਟੇਟ ਦਾ ਮੁੱਖ ਮੰਤਰੀ ਵੀ ਮੁੱਖ ਮੰਤਰੀ ਬਣਨ ਵਾਸਤੇ ਕਿਸੇ ਦੇ ਮੂਹਰੇ ਲੰਬਾ ਪਿਆ ਕਿਉਂਕਿ ਜਦੋਂ ਲੰਬੇ ਪਏ ਜਾਂਦਾ ਫਿਰ ਰੀੜ ਦੀ ਹੱਡੀ ਪਾਈ ਜੀ ਕਢਾਉਣੀ ਪੈਂਦੀ ਆ ਤੇ ਕਢਾ ਕੇ ਫਿਰ ਜਿੱਧਰ ਨੂੰ ਮਰਜੀ ਮੋੜੀ ਜਾਓ ਸਾਡੇ ਸਿਆਸਤਦਾਨਾਂ ਦਾ ਉਹ ਹਾਲਾਤ ਨੇ ਤੇ ਇਹੀ ਚੀਜ਼ੇ ਫਿਲਮ 'ਚ ਸਟਾਰਟਿੰਗ ਦੇ ਵਿੱਚ ਡਾਇਲੋਗ ਲਾਜ਼ਮੀ ਹੋਣਾ ਕਿਉ ਉਸ ਤੋਂ ਅੱਗੇ ਜਿਵੇਂ ਜਿਵੇਂ ਮੂਵੀ ਚੱਲਦੀ ਆ ਬਾਈ ਜੀ ਮੈਂ ਕਹਣਾ ਇੱਕ ਬੰਦਾ ਜ਼ਿੰਦਗੀ ਦੇ ਵਿੱਚ ਇਸ ਤਰੀਕੇ ਨਾਲ ਮਾ ਕੇ ਵਿਚਰਦਾ ਇੱਕ ਉਹ ਬੰਦਾ ਨਾਰਮਲ ਵੀ ਨਹੀਂ ਹੁੰਦਾ ਉਹਦਾ IQ 75% ਹੁੰਦਾ ਪਰ ਉਹ ਬੰਦਾ ਆਪਣੀ ਲਾਈਫ ਦੇ ਵਿੱਚ ਜਿਹੜੇ ਕੰਮ ਦੇ ਵਿੱਚ ਵੀ ਬਾਈ ਜੀ ਪੈਂਦਾ 100% ਕਾਮਯਾਬ ਹੁੰਦਾ ਸਿਰਫ ਇੱਕੋ ਕਾਰਨ ਆ ਕਿ ਉਹ ਜਿਹੜਾ ਕੰਮ ਵੀ ਫੜਦਾ ਉਹ ਤੇ ਪੂਰੇ ਡਿਟਰਮੀਨੇਸ਼ਨ ਨਾਲ ਕੰਮ ਕਰਦਾ ਤੇ ਪਲੱਸ ਮਾਈਨਸ ਨਹੀਂ ਕਰਦਾ ਜਿਵੇਂ ਜ਼ਿੰਦਗੀ ਦੇ ਨਾਲ ਅਸੀਂ ਜੋੜ ਘਟਾਓ ਲਾ ਕੇ ਜ਼ਿੰਦਗੀ ਜਿਉਂਦੇ ਆ ਅੱਜ ਕੱਲ ਅਸੀਂ ਹਰ ਚੀਜ਼ ਦੇ ਪਲੱਸ ਮਾਈਨਸ ਸੋਚ ਕੇ ਕਿ ਇਹ ਕਿਸੇ ਕੰਮ 'ਚ ਪੈਣੇ ਆ ਇਸੇ ਕਰਕੇ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੁੰਦੇ ਸਾਡੇ ਦਿਮਾਗ 'ਚ ਕੀ ਆ ਪਲੱਸ ਮਾਈਨਸ ਗੁਣਾ ਚੱਲਦੀ ਰਹਿੰਦੀ ਆ ਤੇ ਅਸੀਂ ਆਪਣਾ 100% ਐਫਰਟ ਨਹੀਂ ਦੇ ਪਾਉਂਦੇ ਇਹ ਚੱਲਦੀ ਰਹਿੰਦੀ ਵੀ ਜੇ ਆ ਨਾ ਹੋਇਆ ਤਾਂ ਹਾਂਜੀ ਪਰ ਉਹਦੇ ਵਿੱਚ ਉਹਨੇ ਦਿਖਾਇਆ ਕਿ ਇੱਕ ਬੰਦਾ ਕਿ ਆ ਪੂਰੀ ਡਰਮਿਨੇਸ਼ਨ ਨਾਲ ਕਿਸੇ ਫੀਲਡ 'ਚ ਜਾਂਦਾ ਉਹ ਬੇਸ਼ੱਕ ਗੇਮ 'ਚ ਵੀ ਪੈਂਦਾ ਉਸ ਤੋਂ ਬਾਅਦ ਕਿਸੇ ਵੀ ਕੰਮ 'ਚ ਪੈਂਦਾ ਇਕੱਲੀ ਗੇਮ ਦੇ ਵਿੱਚ ਨਹੀਂ ਹੋਵੇ ਜੀ ਰਾਈਫਲ ਮਾਰ ਕੇ ਸ ਹੋਰ ਬੜੇ ਰਿਕਾਰਡ ਆ ਜਿਹੜੇ ਇਸ ਫਿਲਮ ਨੇ ਵੈਸੇ ਵੀ ਰਿਕਾਰਡ ਤੋੜਦੇ ਨੇ ਆ ਸਫਲਤਾ ਦੇ ਤੇ ਉਸ ਤੋਂ ਇਲਾਵਾ ਜਿਹੜੇ ਰਿਕਾਰਡ ਇੱਕ ਨਾਰਮਲ ਬੰਦਾ ਤੋੜਦਾ ਕਿਉਂ ਆ ਕਿਉਂਕਿ ਉਹ ਜ਼ਿੰਦਗੀ ਨੂੰ ਜਿਉਣ ਦਾ ਇੱਕ ਸੋਨਣਾ ਫਲਸਫਾ ਦੇ ਕੇ ਜਾਉ ਉਹ ਜ਼ਿੰਦਗੀ ਜਿਉਂ ਹੀ ਕਿਵੇਂ ਜਾਂਦੀ ਆ ਪਲੱਸ ਮਾਈਨਸ ਗੁਣਾ ਜ਼ਿੰਦਗੀ ਚੋਂ ਕੱਢ ਦਿਓ ਹੁਣ ਰੌਲਾ ਕੀ ਆ ਜ਼ਿੰਦਗੀ ਕੋਈ ਛੋਟੀ ਨਹੀਂ ਹੁੰਦੀ ਇਸ ਫਿਲਮ ਦਾ ਸਭ ਤੋਂ ਵੱਡਾ ਮੈਸੇਜ ਇਹ ਹੋਣਾ ਕਿ ਜ਼ਿੰਦਗੀ ਕੋਈ ਛੋਟੀ ਨਹੀਂ ਹੈ ਪਰ ਰੌਲਾ ਕੀ ਹੈ ਵੀ ਜ਼ਿੰਦਗੀ ਅਸੀਂ देर ਨਾਲ ਜਿਉਣੀ ਸ਼ੁਰੂ ਕਰਦੇ ਆ ਤੇ ਜਦੋਂ ਨੂੰ ਕੀ ਆ ਸਾਨੂੰ ਜ਼ਿੰਦਗੀ ਦੇ ਰਸਤੇ ਸਮਝ ਆਉਂਦੇ ਆ ਉਦੋਂ ਨੂੰ ਮੋੜਨ ਦਾ ਟਾਈਮ ਹੋ ਜਾਂਦਾ ਇਹ ਸਭ ਤੋਂ ਵੱਡਾ ਮੈਸੇਜ ਹੋਣਾ ਫਿਲਮ ਦਾ ਕਿ ਜਦੋਂ ਤੁਸੀਂ ਜ਼ਿੰਦਗੀ ਜਿਉਣੀ ਆ ਉਹ ਚ ਸਾਰਾ ਕੁਝ ਕੱਢ ਕੇ ਤੁਸੀਂ ਸਿਰਫ ਕੀ ਆ ਫੋਕਸ ਕਰਕੇ ਕਿਸੇ ਚੀਜ਼ ਦੇ ਵਿੱਚ ਆਪਣਾ 100% ਐਫਰਟ ਲਾਓਗੇ ਤਾਂ ਤੁਸੀਂ 100% ਕਾਮਯਾਬ ਹੋਵੋਗੇ ਦੂਸਰੀ ਅਹਿਮ ਗੱਲ ਇਹ ਚ ਪੇਰੈਂਟਿੰਗ ਦਾ ਬੜਾ ਅਹਿਮ ਬਾਈ ਜੀ ਪੱਕਾ ਹੋਣਾ ਕਿ ਇੱਕ ਮਾਂ ਆਪਣੇ ਬੱਚੇ ਨੂੰ ਕਿਸ ਤਰੀਕੇ ਨਾਲ ਪ੍ਰੋਪਰਲੀ ਗਾਈਡ ਕਰ ਸਕਦੀ ਆ ਉਹਦੀ ਜਿਹੜੀ ਕੋਈ ਕਮੀ ਆ ਫਿਜ਼ੀਕਲ ਤੌਰ ਤੇ ਕਮੀਆਂ ਉਹਨੂੰ ਮਾਂ ਕਿਵੇਂ ਉਹਦੀ ਤਾਕਤ 'ਚ ਬਦਲਦੀ ਆ ਤੇ ਪੇਰੈਂਟਸ ਵਾਸਤੇ ਬੜਾ ਵੱਡਾ ਮੈਸੇਜ ਹੋਣਾ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਫਿਲਮ ਦੇ ਵਿੱਚੋਂ ਇੰਨੀ ਕਿ ਤਕੜੀ ਕੀ ਹੈ ਕਿਉਂਕਿ 5 ਬਾਈਜੀ ਔਸਕਰ ਵਾਰਡ ਜਿੱਤੀ ਹੋਈ ਫਿਲਮ ਤੋਂ ਇਨਸਪਾਇਰ ਹੋ ਕੇ ਮੂਵੀ ਬਣ ਰਹੀ ਆ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਅਸਲ ਸਰਦਾਰ ਦਾ ਜਿਹੜਾ ਮੱਕੇ ਅਕਸ਼ਾ ਨੂੰ ਲੋਕਾਂ 'ਚ ਲਿਜਾਣ ਵਾਸਤੇ ਤੇ ਇਹੋ ਜਿਹੇ ਜਿਹੜੇ ਹਿੰਦੂਤਵ ਦੇ ਏਜੰਡੇ ਨੂੰ ਪ੍ਰਚਾਰਨ ਦੀ ਕੋਸ਼ਿਸ਼ ਕਰਦੇ ਆ ਇਹ ਕਹਿ ਰਹੇ ਆ ਕਿ ਜਾਣਬੁੱਝ ਕੇ ਕੀ ਵਿਰੋਧ ਕੀਤਾ ਜਾ ਰਿਹਾ ਪਰ ਵਿਰੋਧ ਕੌਣ ਕਰ ਰਹੇ ਆ ਨੈਸ਼ਨਲ ਮੀਡੀਆ ਦੇ ਉਹ ਚੈਨਲ ਜਿਹੜੇ ਸਾਰੀ ਦਿਹਾੜੀ ਮੋਦੀ 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 ਕਰਦੇ ਮੈਂ ਦੱਸਣਾ ਚਾਹਣਾ ਅੱਜ ਮੈਂ ਕਹਿੰਦਾ ਲੋਕਾਂ ਦਾ ਸਭ ਤੋਂ ਵੱਡਾ ਦੁਸ਼ਮਣ ਬਾਈ ਜੀ মিডিਆ ਬਣ ਚੁੱਕਿਆ ਉਹ মিডিਆ ਐਸੇ ਕਰਕੇ ਮੈਂ ਕਹਿੰਦਾ ਵੀ ਸਾਰਾ মিডিਆ ਪੰਜਾਬ ਦਾ ਲੋਕਲ মিডিਆ ਹਾਊਸ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਸ਼ਾਮਲ ਹੈਗੇ ਆ ਹੁਣ মিডিਆ ਕਰਦਾ ਕੀ ਆ ਅਸੀਂ ਸਾਰੇ ਜਾਣਦੇ ਆ ਕਿ মিডিਆ ਨੇ ਜਿਹੜਾ ਬਾਈ ਜੀ ਇੱਥੇ ਗਾਲਾਂ ਦਾ ਕਨਸੈਪਟ ਆਪਣਾ ਜਿਹੜਾ ਕਲਚਰ ਚੱਲ ਪਿਆ ਉਹ ਹੈ ਕਿ ਅਸਲ ਦੇ ਵਿੱਚ ਪੋਲਿਟਿਕ ਕੀ ਆ ਪੋਲਿਟੀਕਲ ਵੈਪਨ ਦੇ ਤੌਰ ਤੇ ਵਰਤਿਆ ਜਾ ਰਿਹਾ ਅੱਜ ਸਾਡੀ ਆਜ਼ਾਦੀ ਬੋਲਣ ਦੀ ਲਿਖਣ ਦੀ ਤੇ ਸੋਚਣ ਦੀ ਆਜ਼ਾਦੀ ਵੀ ਖੋਹ ਲਈ ਗਈ ਆ মিডিਆ ਵੱਲੋਂ ਅਥੀ ਯਾਰ ਮਾੜਾ ਜਿਹਾ ਬੋਲਣ ਲੱਗਦਾ ਨਾ ਮੇਰੇ ਵਰਗਾ ਤਾਂ ਮੂਰੋ ਗਾਲਾਂ ਵੇਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਕੌਣ ਕੀ ਆ ਗਾਲਾਂ ਦੰਦਿਆ ਟੂਲ ਕਿੱਟ ਵਾਲੇ ਦੰਦਿਆ ਜਿਹੜੇ ਆਪ ਵਾਲਿਆਂ ਦੇ ਵੀ ਹੈਗੇ ਆ ਭਾਜਪੀ ਵਾਲਿਆਂ ਦੇ ਵੀ ਹੈਗੇ ਸਾਰੀਆਂ ਪਾਰਟੀਆਂ ਨੇ ਰੱਖੇ ਹੋਏ ਆ ਉਹ ਯਾਰ ਕਿਸੇ ਨੂੰ ਸਾਹ ਨਹੀਂ ਕੱਢਣ ਦਿੰਦੇ ਇਸ ਕਰਕੇ ਤੁਹਾਨੂੰ ਬੇਨਤੀ ਕਰਦਾ ਜੇ ਕੋਈ ਬੰਦਾ ਸਹੀ ਗੱਲ ਕਰਦਾ ਤਾਂ ਉਸ ਨੂੰ ਸਪੋਰਟ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਕਿਉਂਕਿ ਉਹ ਲੋਕ ਗਿਣਤੀ 'ਚ ਬਹੁਤੇ ਨਹੀਂ ਹੈਗੇ ਪਰ ਉਹ ਐਕਟਿਵ ਨੇ ਸਾਡੇ ਨਾਲੋਂ ਸਾਨੂੰ ਐਕਟਿਵ ਹੋਣਾ ਪੈਣਾ ਜੇ ਮੀਡੀਆ ਨੂੰ ਤੁਸੀਂ ਕਿਉਂਕਿ ਅੱਜ ਸਾਡੀ ਲੜਾਈ ਪੋਲੀਟੀਸ਼ੀਨਾਂ ਨਾਲ ਨਹੀਂ ਅੱਜ ਸਾਡੀ ਲੜਾਈ মিডিਆ ਹਾਊਸ ਨਾਲ ਲੱਗ ਚੁੱਕੀ ਆ ਕਿਉਂਕਿ মিডিਆ ਨੇ ਲੋਕਤੰਤਰ ਨੂੰ ਬਚਾਉਣਾ ਸੀ ਤੇ মিডিਆ ਲੋਕਤੰਤਰ ਨੂੰ ਬਾਈ ਇਹ ਤਬਾਹ ਕਰਨ ਦੇ ਰਾਹ ਪਿਆ ਹੋਇਆ ਅਸੀਂ ਅਮਰੀਕਾ 'ਚ ਜਾਣਦੇ ਆ ਕਿ ਅਮਰੀਕਾ 'ਚ ਟਰੰਪ ਆਇਆ ਠੀਕ ਹੈ ਟਰੰਪ ਮੈਂ ਕਿਹੜਾ ਮੁਲਕ ਨੂੰ ਬਰਬਾਦ ਕਰਨਾ ਚਾਹੁੰਦਾ ਸੀ ਅਸੀਂ ਜਾਣਦੇ ਹਾਂ ਉਹਦੀਆਂ ਨੀਤੀਆਂ ਕੀ ਸੀ ਪਰ ਉੱਥੇ ਜਿਹੜੀ ਵਾਸ਼ਿੰਗਟਨ ਪੋਸਟ ਵਰਗੇ ਅਖਬਾਰ ਸੀਗੇ ਉਹਨਾਂ ਨੇ ਬਾਈ ਜੀ ਐਕਸਪੋਜ਼ ਕੀਤਾ ਉਹਨੂੰ ਆਪਣੇ ਕੀ ਆ ਰਾਸ਼ਟਰਪਤੀ ਜਿਹੜਾ ਸਭ ਤੋਂ ਪਾਵਰਫੁੱਲ ਦੁਨੀਆ ਦਾ ਮੈਨ ਆ ਕਿਵੇਂ ਕੀਤਾ ਇਹ ਅਮ ਗੱਲ ਸਮਝਣ ਵਾਲੀ ਆ ਉਹ ਇਸ ਕਰਕੇ ਵੈਜੀ ਕੀਤਾ ਐਕਸਪੋਜ਼ ਮਾ ਕੇ ਉਹਨਾਂ ਨੇ ਕਿਉਂਕਿ ਉਹ ਲੋਕਾਂ ਦੀ ਜਿਹੜੀ ਆਮਦਨ ਆਉਂਦੀ ਸੀ ਉਹ ਸਬਸਕ੍ਰਿਪਸ਼ਨ ਤੋਂ ਆਉਂਦੀ ਸੀ ਮਲ ਕੇ ਲੋਕਾਂ ਤੋਂ ਆਉਂਦੀ ਸੀ ਤੇ ਸਾਡੇ মিডিਆ ਹਾਊਸ ਦੀ ਜਿਹੜੀ ਆਮਦਨ ਆ ਇਹ ਡਾਇਰੈਕਟ ਪੋਲੀਟੀਕਲ ਬੰਦਿਆਂ ਤੋਂ ਜਾਂ ਕਾਰਪੋਰੇਟਾਂ ਤੋਂ ਆ ਰਹੀ ਆ ਜਿਹੜੇ ਰੀਡ ਦੀ ਹੱਡੀ ਕੱਢ ਕੇ ਫਿਰ ਕੰਮ ਲੈਂਦੇ ਆ ਉਹਨਾਂ ਤੋਂ ਤੇ ਜਦੋਂ ਪੈਸਾ ਕਾਲੇ ਮਾ ਕੇ ਕਾਲਾ ਤਾਂ ਆਊਗਾ ਫਿਰ ਉਹ ਤੋਂ ਤੁਸੀਂ ਚੰਗੇ ਦੀ ਚਿੱਟੇ ਕੰਮ ਦੀ ਆਸ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਬੇਨਤੀ ਕਰਦਾ ਹੈ মিডিਆ ਹਾਊਸ ਲੱਖ ਨਿੰਦਣ ਇਹ ਕਹਿੰਦੇ ਆ ਪ੍ਰੋਪਾਗੈਂਡਾ ਕਰ ਰਿਹਾ ਪਰ ਨਿੰਦ ਕੌਣ ਰਿਹਾ ਆਮ ਆਦਮਾ ਕੇ ਕਿ ਜਿਹੜੇ ਨੈਸ਼ਨਲ ਜਿਹੜੇ ਚੈਨਲ ਨੇ ਬਾਈ ਜੀ ਜਿਹੜੇ ਅਸੀਂ ਗੋਦੀ মিডিਆ ਕਹਨੇ ਆ ਉਹਨਾਂ ਚੈਨਲਾਂ ਦੇ ਸਭ ਤੋਂ ਵੱਧ ਪ੍ਰਚਾਰ ਹੋ ਰਿਹਾ ਫਿਰ ਅਸੀਂ ਕਿਵੇਂ ਕਹਿ ਸਕਦਾ ਕਿ ਮੀਰ ਖਾਨ ਬਾਏ ਕਰਵਾ ਰਿਹਾ ਉਹਦਾ ਬੰਦੇ ਦਾ ਜਿੰਨਾ ਮਰਜ਼ੀ ਵਿਰੋਧ ਕਰ ਲੈਣ ਉਹ ਬੰਦੇ ਦੀ ਬਾਈ ਜੀ ਪਾਣੀ ਫਾਊਂਡੇਸ਼ਨ ਆ ਜਿਨੇ ਹਜ਼ਾਰ ਤੋਂ ਉੱਤੇ ਪਿੰਡਾਂ 'ਚ ਪਾਣੀ ਪਹੁੰਚਾਇਆ ਇਸ ਤੋਂ ਬਿਨਾ ਉਹ ਬੰਦੇ ਨੇ ਸਤਿਆ ਮੇਵ ਜੈਤੇ ਪ੍ਰੋਗਰਾਮ ਦੇ ਵਿੱਚ ਪੂਰੇ ਮੁਲਕ ਦੇ ਕਾਰਪੋਰੇਟਾਂ ਦੇ ਉੱਤੇ ਸਵਾਲ ਖੜੇ ਕੀਤੇ ਆ ਤੇ ਉਹਨਾਂ ਨੂੰ ਬਾਣੀ ਪਾਇਆ ਹਰੇਕ ਮੁੱਦੇ ਦੇ ਉੱਤੇ ਬਰੀਕੀ ਦੇ ਵਿੱਚ ਉਹਨੇ ਲੋਕਾਂ 'ਚ ਜਾ ਕੇ ਗਰਾਊਂਡ ਲੈਵਲ ਤੋਂ ਰਿਪੋਰਟਿੰਗ ਕੀਤੀ ਆ ਅੱਜ ਸਾਡੇ ਨੈਸ਼ਨਲ ਜਿਹੜਾ মিডিਆ ਨੇ ਕਿਉਂ ਫੇਲ ਹੋਇਆ ਕਿਉਂਕਿ ਗਰਾਊਂਡ ਰਿਪੋਰਟਿੰਗ ਖਤਮ ਹੋ ਗਈ ਗਰਾਊਂਡ ਰਿਪੋਰਟਿੰਗ ਵਾਸਤੇ ਭਾਈ ਜੀ ਬਹੁਤ ਮੋਟਾ ਰੁਪਇਆ ਖਰਚ ਹੁੰਦਾ ਤੇ ਲੋਕਾਂ ਨੂੰ ਬੇਨਤੀ ਕਰਦਾ ਚੰਗੇ মিডিਆ ਹਾਊਸਾਂ ਨੂੰ ਸਪੋਰਟ ਕਰਿਆ ਕਰੋ ਪੈਸੇ ਵੀ ਦਿਆ ਕਰੋ ਜਿੰਨੇ ਕੁ ਦੇ ਸਕਦੇ ਹੋ ਕਿਉਂਕਿ ਉਹਨਾਂ ਨੂੰ ਪੈਸੇ ਉਧਰੋਂ ਆਉਂਦੇ ਆ ਤੇ ਤੁਸੀਂ ਚੰਗੇ মিডিਆ ਹਾਊਸਾਂ ਨੂੰ ਜੇ ਪੈਸਾ ਦਿਓਗੇ ਤਾਂ ਗਰਾਊਂਡ ਲੈਵਲ ਦੀ ਪੱਤਰਕਾਰੀ ਆ ਜਿਹੜੀ ਕਿਉਂਕਿ ਖਰਚੇ ਬਹੁਤ ਆ ਚੈਨਲਾਂ ਦੇ ਇਸ ਕਰਕੇ ਬੇਨਤੀ ਕਰਦਾ ਚੰਗੇ ਚੈਨਲਾਂ ਨੂੰ ਸਪੋਰਟ ਕਰੋ ਤਾਂ ਕਿ ਸਾਡੇ ਚ ਸਹੀ ਗਰਾਊਂਡ ਰਿਐਲਿਟੀ ਜਿਵੇਂ ਅਮੀਰ ਖਾਨ ਕੀ ਕਰਦਾ ਸੱਤੇ ਮੇਬ ਜੈਤੇ ਪ੍ਰੋਗਰਾਮ ਵਾਸਤੇ ਇੱਕ ਟੀਮ ਬਣੀ ਹੋਈ ਹੈ ਜਿਹੜੀ ਗਰਾਊਂਡ ਤੇ ਜਾਂਦੀ ਆ ਅਸਲ ਜਿਹੜੇ ਹੀਰੋ ਨੇ ਉਹਨਾਂ ਨੂੰ ਕੱਢ ਕੇ ਲੋਕਾਂ ਦੇ ਵਿੱਚ ਲੈ ਕੇ ਆਉਂਦੀ ਆ ਤੇ ਸਮਾਜ ਦਾ ਹਰੇਕ ਮੁੱਦਾ ਬੇਸ਼ੱਕ ਉਹ ਬਈ ਜੀ ਮਾ ਕੇ ਮੈਡੀਕਲ ਸੈਕਟਰ ਦੇ ਵਿੱਚ ਜਿਹੜਾ ਮਾਫੀਆ ਚੱਲ ਰਿਹਾ ਹਰ ਸੈਕਟਰ ਜਿਹੜਾ ਮਾਫੀਆ ਚੱਲਦਾ ਉਹਨੂੰ ਐਕਸਪੋਜ਼ ਕੀਤਾ ਗਿਆ ਅਮੀਰ ਖਾਨ ਵੱਲੋਂ ਇਸੇ ਕਰਕੇ ਢਿੱਡ ਦੁਖਦੇ ਇਹਨਾਂ ਦੇ ਜਿਹੜੇ মিডিਆ ਹਾਊਸ ਨੇ ਉਹ ਚਲਾਉਂਦੇ ਕਿੰਨੇ ਆ ਬਾਨੀਅਰ ਅਡਾਨੀ ਵਰਗੇ ਦੇ ਚੈਨਲ ਨੇ ਇਸੇ ਕਰਕੇ ਢਿੱਡ ਦੁਖਦਾ ਪਰ ਉਹ ਜ਼ ਜਿਹੜੇ ਅਮੀਰ ਖਾਨ ਆ ਮੈਂ ਕਹਣਾ ਵੀ ਇਹ ਕੱਲੀ ਮੂਵੀ ਨਹੀਂ ਉਹਦੀ ਦੰਗਲ ਮੂਵੀ ਦਾ ਵੀ ਵਿਰੋਧ ਕੀਤਾ ਪੀਕੇ ਮੂਵੀ ਦਾ ਵਿਰੋਧ ਕੀਤਾ ਇੱਕ ਬੜੀ ਹਾਸੋਹੀਣੀ ਗੱਲ ਆ ਵਿਰੋਧ ਕਿਹੜੀ ਗੱਲ ਤੇ ਇੱਕ ਹੋਰ ਕਰ ਰਹੇ ਸੀ ਕਹਿੰਦੇ ਜੀ ਇਹ ਟਰਕੀ ਦੇ ਰਾਸ਼ਟਰਪਤੀ ਦੀ ਘਰ ਵਾਲੀ ਨੂੰ ਮਿਲਿਆ ਯਾਰ ਉਹ ਇੱਕ ਕਲਾਕਾਰ ਆ ਮੋਦੀ ਨਹੀਂ ਮਿਲਦਾ ਕਿਸੇ ਨੂੰ ਮੈਂ ਕਹਣਾ ਉਹਨਾਂ ਦੇ ਉੱਥੇ ਡਿਪਲੋਮੈਟ ਰੱਖੇ ਹੋਏ ਆ ਉਹ ਜਾ ਕੇ ਨਹੀਂ ਮਿਲਦੇ ਇੱਕ ਕਲਾਕਾਰ ਦੇ ਤੌਰ ਤੇ ਬੰਦੇ ਨੂੰ ਕੋਈ ਮਿਲ ਲੈਂਦਾ ਚਾਈਨਾ 'ਚ ਉਹਦੀ ਮੂਵੀ 1000 ਕਰੋੜ ਦਾ ਬਿਜ਼ਨਸ ਕਰਦੀ ਆ ਦੰਗਲ ਤੇ ਲੋਕਾਂ ਦਾ ਢਿੱਡ ਦੁਖਣ ਲੱਗ ਕੇ ਉਹਨੂੰ ਡ੍ਰੈਗਨ ਕਹਿਣਾ ਸ਼ੁਰੂ ਕਰਤਾ ਸਾਡਾ ਯਾਰ ਕੋਈ ਬੰਦਾ ਇੰ ਦੂਸਰਾ ਇੱਕ ਹੋਰ ਮੁੱਦੇ ਤੇ ਜਿਹੜਾ ਨੂੰ ਘੇਰਿਆ ਜਾ ਰਿਹਾ ਉਹ ਕਹਿੰਦੇ ਜੀ ਇਹ ਬੰਦੇ ਨੇ ਕਿਹਾ ਸੀ ਵੀ ਇਹ ਸ਼ੈਨਸ਼ੀਲਤਾ ਬਹੁਤ ਫੈਲ ਗਈ ਤੇ ਮੇਰੀ ਵਾਈਫ ਨੇ ਉਹਨੇ ਗੱਲ ਕੀ ਕੀਤੀ ਸੀ ਅਸਲ ਚੈਨਲ ਤੇ ਇਹ ਗੱਲ ਕਹੀ ਸੀ ਮੇਰੀ ਵਾਈਫ ਨੇ ਕਿਹਾ ਕਿ ਇੱਥੇ ਰਹਿਣ ਜੋਗ ਨਹੀਂ ਰਿਹਾ ਵੀ ਆਪਾਂ ਬਾਹਰ ਨਾ ਚੱਲ ਗਏ ਤੇ ਕਹਿੰਦਾ ਮੈਨੂੰ ਬੜੀ ਹਰਾਨੀ ਹੋਈ ਤੇ ਉਹਨੇ ਉਹਨੂੰ ਕੰਡੈਮ ਵੀ ਕੀਤਾ ਆਉਦੀ ਵਾਈਫ ਨੂੰ ਇਹੀ ਡਾਇਲੌਗ ਪ੍ਰੋਪਰ ਉਹਨੇ ਬੋਲਿਆ ਤੇ ਸਾਡੇ ਲੋਕਾਂ ਨੇ ਉਹਦੇ ਮੂੰਹ 'ਚ ਮਾ ਕੇ ਗੱਲ ਉਲਟ ਕਹਾਉਣ ਦੀ ਕੋਸ਼ਿਸ਼ ਕੀਤੀ ਕਿ ਅਮੀਰ ਖਾਨ ਨੇ ਕਿਹਾ ਹਾਲਾਂਕਿ ਅਕਸ਼ੇ ਕੁਮਾਰ ਨੇ ਕਿਹਾ ਸੀ ਇਹ ਗੱਲ ਕਹਿੰਦਾ ਸ਼ਿਵਜੀ ਨੂੰ ਦੁੱਧ ਪੋਏ ਪਿ ਬੋਲਣਾ ਕਿਹਦੇ ਖਿਲਾਫ ਆ ਜਿਹੜਾ ਮੁਸਲਮਾਨ ਆ ਕਿਉਂਕਿ ਪੀਕੇ ਮੂਵੀ ਦੇ ਵਿੱਚ ਇੱਕ ਬੜਾ ਅਹਿਮ ਬਾਈ ਜੀ ਡਾਇਲੋਗ ਸੀ ਕਹਿੰਦੇ ਮੁਸਲਮਾਨ ਤੋਂ ਕਹਿੰਦਾ ਕਿ ਇਹ ਬੇਈਮਾਨ ਹੁੰਦਾ ਹੈ ਧੋਖਾ deta ਹੈ ਤੇ ਅਖੀਰ ਚ ਉਹ ਮੁਸਲਮਾਨ ਨੂੰ ਨੇ ਸਹੀ ਸਾਬਤ ਕੀਤਾ ਸੀ ਬੰਦੇ ਦੀ ਮਜਬੂਰੀ ਦਿਖਾਈ ਸੀ ਤੇ ਐਂਡ ਦੇ ਵਿੱਚ ਉਹ ਲੜਕੀ ਨੂੰ ਮਿਲ ਜਾਂਦਾ ਜਿਹੜਾ ਕਿ ਇਹ ਪਰਸੈਪਸ਼ਨ ਬਣਾਈ ਜਾਂਦੀ ਆ ਹੁਣ ਅਸਲ ਚ ਮੀਡੀਆ ਜਿਹੜਾ ਹੈ ਇਨਫੋਰਮੇਸ਼ਨ ਦੀ ਜਗ੍ਹਾ ਤੇ ਨਾ ਬਾਈ ਜੀ ਪਰਸੈਪਸ਼ਨ ਬਣਾਉਣੀ ਸ਼ੁਰੂ ਕਰਤੀ ਇਨਫੋਰਮੇਸ਼ਨ ਦੇਣਗੇ ਤਾਂ ਲੋਕਾਂ ਦਾ ਦਿਮਾਗ ਕੰਮ ਕਰੂ ਲੋਕ ਸਵਾਲ ਕਰਨਗੇ ਇਹ ਪਰਸੈਪਸ਼ਨ ਸਿਰਜ ਦਿੰਦੇ ਆ ਤੇ ਲੋਕਾਂ ਦੇ ਸਨ ਚ ਆਪ ਦੀ ਇੱਕ ਸੈਨਾ ਖੜੀ ਕਰ ਦਿੰਦੇ ਆ ਜਿਹੜੇ ਮੈਂ ਕਹਣਾ ਉਹਨਾਂ ਆਪਾਂ ਕੋਈ ਲੋਕ ਭੇਡਾ ਕਹਿੰਦੇ ਆ ਪਰ ਮੈਂ ਉਹਨਾਂ ਨੂੰ ਅੰਧ ਭਗਤ ਤੇ ਚਮਚੇ ਕਹੂੰਗਾ ਉਹ ਲੋਕ ਵਿਚਾਲੇ ਸਾਡੇ ਨਾਲ ਲੜਨ ਵਾਸਤੇ ਸਾਡੇ ਲੋਕਾਂ ਨੂੰ ਖੜੇ ਕੀਤਾ ਜਾਂਦਾ ਇਸ ਕਰਕੇ ਭਰਾਵਾਂ ਨੂੰ ਬੇਨਤੀ ਕਰਦਾ ਮੂਵੀ ਨੂੰ ਬੇਸ਼ੱਕ ਨਿੰਦੇਓ ਪਰ ਇੱਕ ਵਾਰ ਦੇਖ ਕੇ ਜਰੂਰ ਆਇਓ ਤੇ ਪੋਜ਼ੀਟਿਵ ਮੈਸੇਜ ਜਿਹੜਾ ਉਹਦੇ ਚੋ ਮਿਲਿਆ ਕੋਈ ਕੁਝ ਪੋਜ਼ੀਟਿਵ ਕੀ ਆ ਸਾਰਾ ਕੁਝ ਹੀ ਪੋਜ਼ੀਟਿਵ ਨਿਕਲਣਾ ਕਿਉਂਕਿ ਜੇ ਤਰ ਕਿਸੇ ਭਰਾ ਨੇ ਮੂਵੀ ਦੇਖੀ ਹੋਵੇ ਨਾ ਜਿਹੜੀ ਪਹਿਲਾਂ ਫੋਰੈਸਟ ਮਾ ਕੇ ਮੂਵੀ ਆਈ ਹੋਈ ਆ ਬਾਈ ਜੀ ਗੰਪ ਉਹ ਮੂਵੀ ਜਿਹਨੇ ਵੀ ਪੰਜ ਔਸਕਰ ਵਾਰ ਐਵੇਂ ਨਹੀਂ ਮਿਲਦੇ ਬਾਕੀ ਫਿਲਮ ਜਿਹੜਾ ਮਾਕੇ ਸੈਂਸਰ ਬੋਰਡ ਬਣਿਆ ਉਹਨੇ ਮੂਵੀ ਪਾਸ ਕੀਤੀ ਆ ਇਸ ਕਰਕੇ ਮੂਵੀ ਨੇ ਵੀ ਚੱਲਣਾ ਰਿਕਾਰਡ ਵੀ ਤੋੜਨੇ ਆ ਇਹ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਜਿਹੜੇ ਬੈਠੇ ਆ ਲੋਕ ਇਹਨਾਂ ਦੇ ਕਹਿਣ ਨਾਲ ਮਾਕੇ ਡੱਕਾ ਫਰਕ ਨਹੀਂ ਪੈਣਾ ਪਰ ਜਿਹੜੀ ਮਾਕੇ ਛਾਈ ਆ ਅੱਜ ਜਿਹੜੇ ਹੀਰੋਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਮੈਂ ਇੱਕ ਬੇਨਤੀ ਕਰਦਾ ਉਹਨਾਂ ਦਾ ਬਾਈ ਕਾਰਡ ਕਰ ਦਿਓ ਤੁਸੀਂ ਕੰਗਣਾ ਰਣੌ ਦੀ ਗੱਲ ਕੀਤੀ ਸੀ ਇਹ ਉਹੀ ਕੰਗਣਾ ਰਣੌ ਤਾਂ ਜਿਹਨੇ ਸਾਡਾ ਕਿਸਾਨਾਂ ਦਾ ਕਿਸਾਨੀ ਅੰਦੋਲਨ ਦਾ ਮਜ਼ਾਕ ਉਡਾਇਆ ਸੀ ਤੇ ਇਹ ਮਾਕੇ ਉਹੀ ਮਾਕੇ ਆਪਣਾ ਅਮੀਰ ਖਾਨਾ ਜਿਹਨੇ ਸਭ ਤੋਂ ਵੱਧ ਕਰੋਨਾ ਕਾਲ ਦੇ ਵਿੱਚ ਲੋਕਾਂ ਦੇ ਕੰਮ ਆਇਆ ਜਿਹਨੇ ਲੋਕਾਂ ਦੇ ਸਾਡੇ ਮੁੱਦੇ ਸਭ ਤੋਂ ਵੱਧ ਲੋਕਾਂ 'ਚ ਪ੍ਰਚਾਰੇ ਆ ਜਿਹੜੇ ਬੰਦੇ ਨੇ ਅੱਜ ਤੱਕ ਜਿਹੜੀ ਵੀ ਫਿਲਮ ਕੀ ਆ ਬਣਾਈ ਉਹ ਚ ਕੋਈ ਨਾ ਕੋਈ ਮੈਸੇਜ ਜ਼ਰੂਰ ਦਿੱਤਾ ਪਿਛਲੇ ਲੰਬੇ ਸਮੇਂ ਤੋਂ ਅਸੀਂ ਮੂਵੀਆਂ ਦੇਖਦੇ ਤੁਰੇ ਆਉਣੇ ਆ ਇਸ ਕਰਕੇ ਮੈਂ ਬੇਨਤੀ ਕਰਦਾ ਝੂਠੇ ਪ੍ਰੋਪਾਗੈਂਡੇ ਤੋਂ ਤੇ ਗੋਦੀ ਮੀਡੀਆ ਤੋਂ ਬਚਿਓ ਤੇ ਅਸਲ ਜਿਹੜਾ ਫਿਲਮ ਦਾ ਮਕਿ ਅਸਲ ਮੈਸੇਜ ਆ ਉਹਨੂੰ ਲੋਕਾਂ 'ਚ ਵੱਧ ਤੋਂ ਵੱਧ ਸ਼ੇਅਰ ਕਰਨ ਦੇ ਲਈ ਇਸ ਕੀ ਆ ਸਾਡੀ ਜਿਹੜੀ ਗੱਲ ਤੁਹਾਡੇ ਨਾਲ ਕਰ ਰਹੇ ਹਾਂ ਜੇ ਤੁਹਾਨੂੰ ਫਿੱਟ ਬੈਂਦੀ ਹੈ ਤੈਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅੱਛਾ ਇੱਕ ਗੱਲ ਹੋਰ ਦੱਸਿਓ ਬਾਈ ਜਿਵੇਂ ਆਪਾਂ ਗੱਲ ਕਰੀਆ ਕਿ ਏਜੰਡੇ ਦੇ ਤਹਿਤ ਬਾਈਕਟ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਕਹਿ ਰਿਹਾ ਕਿ ਬਾਈ ਬਾਈਕਟ ਕਰੋ ਹਣਾ ਇਹਨੂੰ ਗਲਤ ਪ੍ਰਚਾਰ ਦਿੱਤਾ ਜਾ ਰਿਹਾ ਇੱਥੇ ਆਪਾਂ ਇੱਕ ਗੱਲ ਹੋਰ ਕਰੀਏ ਕਿ ਕਿ ਸਰਦਾਰ ਦੇ ਕਰਦਾਰ ਨੂੰ ਵੱਡਾ ਦਿਖਾਇਆ ਜਾ ਰਿਹਾ ਕਿ ਅਸਲ ਦੇ ਵਿੱਚ ਸਰਦਾਰ ਦਾ ਕਰਦਾਰ ਕੀ ਹੁੰਦਾ ਹੈ ਪਰ ਦੂਜੇ ਪਾਸੇ ਜੇ ਟੀਵੀ ਚੈਨਲਾਂ ਦੇ ਉੱਪਰ ਦੇਖਦੇ ਆ ਇੱਕ ਸਰਦਾਰ ਇਸ ਚੀਜ਼ ਦਾ ਬਾਈਕਟ ਕਰ ਰਹੇ ਨੇ ਫਿਰ ਹੁਣ ਕਿਵੇਂ ਮੰਨਗੇ ਕਿ ਕੌਣ ਸਹੀ ਹੈ ਭਾਈ ਜੀ ਜਿਹੜੇ ਤੁਸੀਂ ਸਰਦਾਰਾਂ ਦੀ ਗੱਲ ਕਰਦੇ ਹੋ ਅਸਲ ਦੇ ਵਿੱਚ ਉਹ ਅੰਧ ਭਗਤੀ ਨੇ ਮੈਂ ਇਹੇ ਕਰਕੇ ਕਹਿਣਾ ਕਿ ਅੰਧ ਭਗਤਾਂ ਦੀ ਕੀ ਆ ਭੀੜਾ ਜਿਹੜੀ ਬਹੁਤ ਥੋੜੀ ਆ ਲੋਕ ਕੀ ਆ ਜ਼ਿਆਦਾਤਰ ਉਸ ਮੂਵੀ ਦੇ ਪੱਖ ਵਿੱਚ ਨੇ ਲੋਕ ਬਹੁਤ ਵਹਿਤਰ ਜਾਣਦੇ ਮੈਂ ਤਾਂ ਹੀ ਕਹਿਣਾ ਕਿ ਨੈਸ਼ਨਲ ਮੀਡੀਆ ਜਿਹਦੇ ਵਿਰੁੱਧ ਕਰ ਰਿਹਾ ਲਾਲ ਸਿੰਘ ਚੱਡਾ ਦਾ ਵਿਰੋਧ ਕਰ ਰਿਹਾ ਲੋਕ ਸਾਰੀ ਪਬਲਿਕ ਉਹਦੇ ਨਾਲ ਆ ਪੰਜਾਬ ਵਾਲਾ ਚਲੋ ਦੂਜੇ ਚੱਡੇ ਦਾ ਪ੍ਰਚਾਰ ਕਰ ਰਿਹਾ ਉਹਦੇ ਫੇਵਰ ਵਿੱਚ ਕਰ ਰਿਹਾ ਪਰ ਲੋਕ ਉਹਦੇ ਖਿਲਾਫ ਨੇ ਪਰ ਲਾਲ ਸਿੰਘ ਚੱਡਾ ਦੇ ਨਾਲ ਲੋਕ ਪੂਰਾ ਮੁਲਕ ਖੜਾ ਅਸੀਂ ਬਹੁਤ ਚੈਨਲਾਂ ਦੇ ਦੇਖਦੇ ਚੰਦ ਕਿ ਲੋਕ ਪਰ ਸਭ ਤੋਂ ਜਿਹੜੀ ਬਾਈ ਜੀ ਦਿਲ ਨੂੰ ਜਿਹੜੀ ਸੱਟ ਲੱਗਦੀ ਹੈ ਨਾ ਜਿਵੇਂ ਸਿੱਧੂ ਮੂਸੇ ਵਾਲਾ ਮਰਿਆ ਕਿਸੇ ਬੰਦੇ ਨੇ ਯਾਰ ਕਿਸੇ ਕਲਾਕਾਰ ਨੇ ਆਵਾਜ਼ ਹੀ ਨਹੀਂ 28 ਸਾਰੇ ਚੁੱਪ ਕਰਕੇ ਬਹਿ ਗਏ ਕਾਮਰੇ ਤੋਂ ਨਾ ਕਾਂ ਵੀ ਰੌਲਾ ਪਾ ਲੈਂਦੇ ਆ ਠੀਕ ਹੈ ਨਾ ਸਿਰ ਤੇ ਚੱਕ ਲੈਂਦੇ ਆ ਸਮਾਨ ਕੋਈ ਨਹੀਂ ਬੋਲਿਆ ਉਸੇ ਤਰ੍ਹਾਂ ਜਦੋਂ ਇਹ ਮੂਵੀ ਆਈ ਹੈ ਮੈਂ ਕਹਿੰਦਾ ਸਾਰੇ ਕਲਾਕਾਰਾਂ ਨੂੰ ਬਰਾਬਰ ਖੜਨਾ ਚਾਹੀਦਾ ਸੀ ਪੂਰੀ ਫਿਲਮ ਇੰਡਸਟਰੀ ਚ ਇੱਕ ਵੀ ਕਲਾਕਾਰ ਨਹੀਂ ਬੋਲਿਆ ਲੱਖ ਲਾਹਣ ਤਾਂ ਯਾਰ ਮੈਂ ਕਹਿੰਦਾ ਫਿਲਮ ਇੰਡਸਟਰੀ ਵਾਲਿਆਂ ਤੇ ਇਹ ਪੰਜਾਬ ਦੇ ਵਿੱਚ ਗਿੱਪੀ ਗਰੇਵਾਲ ਕਹਿੰਦਾ ਮੇਰੇ ਬੜੇ ক্লোਜ਼ ਨੇ ਉਹਨਾਂ ਵੱਲੋਂ ਵੀ ਖੁੱਲ ਕੇ ਕੀ ਇਸ ਮੂਵੀ ਦੇ ਪੱਖ 'ਚ ਨਹੀਂ ਗੱਲ ਕੀਤੀ ਗਈ ਤੁਸੀਂ ਜਿਹੜੀ ਗੱਲ ਕੀਤੀ ਸਰਦਾਰ ਵਿਰੋਧਤਾ ਕਰਦੇ ਆ ਮੈਂ ਕਹਿੰਦਾ ਬਾਈ ਜੀ ਸਭ ਤੋਂ ਵੱਧ ਜਿਹੜੇ ਦੁਸ਼ਮਣ ਨੇ ਨਾ ਆਪਦੇ ਹੁੰਦੇ ਆ ਇੱਕ ਨਾ ਝੂਠਾ ਪ੍ਰੋਪਾਗੈਂਡਾ ਇਹਨਾਂ ਵੱਲੋਂ ਵੀ ਹਿੰਦੂਆਂ ਵੱਲੋਂ ਵੀ ਕੀਤਾ ਜਾਂਦਾ ਪਾਕਿਸਤਾਨ ਦੀ ਗੱਲ ਚੱਲ ਰਹੀ ਹੁੰਦੀ ਹੈ ਕਹਿੰਦੇ ਹੁੰਦੇ ਆਪਣੇ ਗਦਾਰਾਂ ਨੂੰ ਪਹਿਚਾਣੋ ਉਹ ਆਪਣੇ ਗਦਾਰਾਂ ਦੇ ਵਿੱਚ ਸ਼ੱਕੀ ਭੂਮਿਕਾ ਪੈਦਾ ਕਰ ਦਿੰਦੇ ਆ ਇਹ ਤਰ੍ਹਾਂ ਸਾਡੇ ਵੀ ਕੁਝ ਬੰਦੇ ਹੈਗੇ ਆ ਜਿਹੜੇ ਸਰਦਾਰ ਬੰਦੇ ਆ ਤੁਸੀਂ ਕਹਿੰਦੇ ਪੱਗ ਬੰਨ੍ਹ ਕੇ ਕਰਦੇ ਆ ਮੈਂ ਕਹਿੰਦਾ ਵੀ ਉਹ ਬੰਦੇ ਸਾਰੇ ਹਿੰਦੂਤਵ ਦੇ ਏਜੰਡੇ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੋਣਗੇ ਤੁਸੀਂ ਦੇਖ ਲੈਣ ਦੀ ਬੈਕਗ੍ਰਾਉਂਡ ਚੈੱਕ ਕਰ ਲਓ ਵੀ ਕਿਹੜੀ ਪਾਰਟੀ ਨਾਲ ਕਿਹੜੀ ਧਿਰ ਨਾਲ ਖੜੇ ਆ ਮੈਂ ਗਰੰਟੀ ਕਰਦਾ ਕਿ ਉਹ ਬੰਦੇ ਕਿਤੇ ਨਾ ਕਿਤੇ ਉਹਨਾਂ ਤਾਕਤਾਂ ਨਾਲ ਜੁੜੇ ਹੋਣਗੇ ਜਿਹੜੀਆਂ ਤਾਕਤਾਂ ਨੂੰ ਪੰਜਾਬ ਦੇ ਵਿੱਚ ਤਿਰੰਗਾ ਚੜਾਉਣ ਨੂੰ ਵੀ ਮੈਂ ਅੱਗੇ ਕਹਿ ਰਹੀਆਂ ਨੇ ਉਸੇ ਵਾਸਤੇ ਅਸੀਂ ਵੀ ਮੈਸੇਜ ਦੇਣਾ ਚਾਹੁੰਣਾ ਮੈਂ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਣਾ ਭਰਾਵਾਂ ਨੂੰ ਕਿ ਪੰਜਾਬ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਤਿਰੰਗੇ ਦੇ ਵਿਰੋਧੀ ਆ ਕਿਉਂਕਿ ਤਿਰੰਗੇ ਦੇ ਤਿੰਨੇ ਰੰਗਾਂ ਦੇ ਵਿੱਚ ਸਾਡਾ ਖੂਨ ਛਿਪਿਆ ਹੋਇਆ ਹਰਾ ਰ ਮਾਕੇ ਮਿੱਟੀ ਦੀ ਕੁੱਖ ਜ਼ਹਿਰੀਲੀ ਕੀਤੀ ਆ ਰੀਹਾ ਸਪਰੀਹਾ ਪਾ ਕੇ ਹਰਾ ਰੰਗ ਅਸੀਂ ਭਰਿਆ ਠੀਕ ਹੈ ਅਸੀਂ ਆਦਾ ਵਾਤਾਵਰਨ ਪ੍ਰਦੂਸ਼ਿਤ ਕਰ ਲਿਆ ਠੀਕ ਆ ਪਿਤਾ ਤੇ ਮਾਕੇ ਗੁਰੂ ਕਹਿ ਦਿੰਨੇ ਆ ਅਸੀਂ ਪਵਨ ਗੁਰੂ ਪਾਣੀ ਪੀਤਾ ਉਹਨਾਂ ਨੂੰ ਅਸੀਂ ਕੀ ਆ ਮਰਨ ਕਿਨਾਰੇ ਪਹੁੰਚਾਤਾ ਕੇਸਰੀ ਰੰਗ ਬਲਦਾਨ ਦਾ ਸਭ ਤੋਂ ਵੱਧ ਬਲਦਾਨ ਅਸੀਂ ਦਿੱਤੇ ਆ ਚਿੱਟਾ ਰੰਗ ਸ਼ਾਂਤੀ ਦਾ ਤੇ ਸ਼ਾਂਤੀ ਕਾਇਮ ਕਰਨ ਬਾਅਦ ਤੇ ਸਰਦ ਤੇ ਸਭ ਤੋਂ ਵੱਧ ਗੋਲੀਆਂ ਅਸੀਂ ਖਾਨੇ ਆ ਤੇ ਲੱਖਾਂ ਲੋਕ ਸਾਡੇ ਮਰੇ ਆ 47 ਵੇਲੇ ਸਾਡੇ ਨਾਲ 47 68 ਦੇ ਵਿੱਚ ਹੁਣ ਤੱਕ 84 ਜੀ ਧੋਖੇ ਹੁੰਦੇ ਤੁਰੇ ਆਏ ਆ ਇਸੇ ਕਰਕੇ ਮੈਂ ਕਹਿਣਾ ਕਿ ਅਸੀਂ ਤਿਰੰਗਾ ਕਿਹੜੇ ਚਾਨ ਨਾਲ ਚੜਾਈਏ ਮੋਦੀ ਸਾਹਿਬ ਤੁਹਾਨੂੰ ਬੇਨਤੀ ਕਰਦਾ ਤੁਹਾਨੂੰ ਚੜਾਉਣ ਜੋਗਾ ਕਰ ਦਿਓ ਸਾਨੂੰ ਬਹਿਬਲ ਕਲਾਂ ਦਾ ਇਨਸਾਫ ਦੇ ਦਿਓ ਸਾਨੂੰ 84 ਦਾ ਇਨਸਾਫ ਦੇ ਦਿਓ ਅਸੀਂ ਚਾਨ ਨਾਲ ਚੜਾਵਾਂਗੇ ਅਸ਼ੋਕ ਚੱਕਰ ਦੀਆਂ 24 ਰਖਾਵਾਂ 24 ਘੰਟੇ ਸਾਡੇ ਪੁੱਤ ਖੜੇ ਆ ਉੱਥੇ ਸਰਾਦ ਦੇ ਉੱਤੇ ਇਸ ਕਰਕੇ ਮੈਂ ਬੇਨਤੀ ਕਰਦਾ ਅਸੀਂ ਤਿਰੰਗਾ ਉੱਤੇ ਚੜਾਵਾਂਗੇ ਜਿੱਦੇ ਸਾਨੂੰ ਇਨਸਾਫ ਮਿਲ ਗਿਆ ਤੇ ਅਸੀਂ ਆਜ਼ਾਦੀ ਮਹਿਸੂਸ ਕਰ ਲਈ ਲੋਕ ਅਧਿਕਾਰ ਲਹਿਰ ਵੱਲੋਂ ਸਾਰੇ ਲੋਕਾਂ ਨੂੰ ਅਸੀਂ ਹੀ ਸਨੇਹਾ ਦਿੱਤਾ ਕਿ ਅਸੀਂ ਆਜ਼ਾਦੀ ਮਹਿਸੂਸ ਜਿੱਦੇ ਕਰਾਂਗੇ ਅਸੀਂ ਉੱਤੇ ਤਿਰੰਗਾ ਚੜਾਵਾਂਗੇ ਅਸੀਂ ਤਿਰੰਗੇ ਦੇ ਵਿਰੋਧੀ ਨਹੀਂ ਪਰ ਤਿਰੰ ਤੇ ਇਹੀ ਮੈਂ ਤੁਹਾਨੂੰ ਸਨੇਹਾ ਦੇਣਾ ਚਾਹਣਾ ਤੇ ਦੂਸਰੀ ਜਿਹੜੀ ਅਹਿਮ ਗੱਲ ਆ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹਣਾ ਬਈ ਜੀ ਮੈਂ ਕਸ਼ਮੀਰ ਫਾਈਲ ਆਈ ਸੀ ਜੀ ਠੀਕ ਹੈ ਉਸ ਮੂਵੀ ਨੂੰ ਟੈਕਸ ਫਰੀ ਕੀਤਾ ਗਿਆ ਸੀ ਕਿਉਂਕਿ ਕਸ਼ਮੀਰ ਨੂੰ ਉਹਨਾਂ ਨੇ ਆਪਣੀ ਜਿਹੜੀ ਕਿ ਉੱਥੇ ਫੌਜ ਦਾ ਰਾਜ ਲਾ ਕੇ ਉਹਨੂੰ ਬੰਡ ਦਿੱਤਾ ਗਿਆ ਤੇ ਸਾਰੀਆਂ ਪਾਵਰਾਂ ਖੋਹ ਲਈਆਂ ਜਸਟੀਫਾਈ ਕਰਨਾ ਸੀ ਤੇ ਉਹਨਾਂ ਦਾ ਕਿਰਦਾਰ ਨੂੰ ਬਦਨਾਮ ਕਰਨਾ ਸੀ ਆਉਣ ਵਾਲੇ ਟਾਈਮ 'ਚ ਪੰਜਾਬੀਆਂ ਦੇ ਵਿਰੁੱਧ ਇਹ ਜੀਆਂ ਮੂਵੀਜ਼ ਬਣ ਗਈਆਂ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦਾ ਕਿਰਦਾਰ ਜਿਹੜਾ ਹੈਗਾ 84 ਤੋਂ 95 ਤੱਕ ਸਾਨੂੰ ਅੱਤਵਾਦੀ ਸਾਬਤ ਕੀਤਾਈ ਉਹਨਾਂ ਮੂਵੀਜ਼ ਦੇ ਵਿੱਚ ਹੋਰ ਬਹੁਤ ਕੁਝ ਹੋਣਾ ਪ੍ਰੋਪਾਗੈਂਡਾ ਤੇ ਉਹਨਾਂ ਮੂਵੀ ਨੂੰ ਟੈਕਸ ਫ੍ਰੀ ਕਰਕੇ ਇਹੀ ਏਜੰਸੀਆਂ ਪ੍ਰਚਾਰਨ ਗਈਆਂ ਉਦੋਂ ਵਿਰੋਧ ਕਰਿਓ ਅੱਜ ਵਿਰੋਧ ਨਾ ਕਰਿਓ ਕਿਉਂਕਿ ਅੱਜ ਸਰਦਾਰਾਂ ਦੀ ਕੀ ਹੈ ਇੱਜ਼ਤ ਬਾਨੀ ਆ ਇਸ ਕਰਕੇ ਇਸ ਮੂਵੀ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਭਾਈ ਜਿਵੇਂ ਤੁਸੀਂ ਇੱਕ ਵੱਡੀ ਵੱਧਿਆ ਗੱਲ ਕਰੀਆ ਕਿ ਕਲਾਕਾਰਾਂ ਦਾ ਖੜਨਾ ਲਾਜ਼ਮੀ ਸੀ ਇੱਕ ਆ ਗਈ 2 ਆ ਗਈ ਉਸ ਤੋਂ ਬਾਅਦ ਬਾਈਕਟ ਹੋ ਸਕਦਾ ਕਿ ਜਦੋਂ ਹੋਰ ਮੂਵੀਆਂ ਹੋਰ ਤੇ ਵੀ ਹੋਵੇ ਪਰ ਜੇ ਕਲਾਕਾਰ ਸ਼ਾਇਦ ਕਿਤੇ ਨਾ ਕਿਤੇ ਆਪਦੀ ਦੇਖਦੇ ਆ ਕਿ ਭਾਈ ਸਾਡਾ ਫਾਇਦਾ ਕਿਧਰਲੇ ਪਾਸੇ ਆ ਖੜਨ ਵਾਲੇ ਪਾਸੇ ਆ ਜਾਂ ਨਾ ਖੜਨ ਵਾਲੇ ਪਾਸੇ ਆ ਇਹ ਚੀਜ਼ਾਂ ਕਰਨ ਲੱਗਦਾ ਫਿਰ ਲੱਗਦਾ ਕਿ ਕੋਈ ਕਲਾਕਾਰ ਕਲਾਕਾਰ ਦੇ ਨਾਲ ਖੜਜੂਗਾ ਜਦੋਂ ਆਹ ਕਨਸੈਪਟ ਹੁੰਦੇ ਆ ਮੈਂ ਭਾਈ ਜੀ ਇਹੀ ਗੱਲ ਕਰਦਾ ਕਿ ਜਿਹੜੇ ਕਲਾਕਾਰ ਨਾ ਸੋਚੀ ਬਿਠੇ ਅਸਲ ਦੇ ਵਿੱਚ ਕੀ ਅਸੀਂ ਕਹਿ ਦੇਣਾ ਕਿ ਅਸੀਂ ਦਲੇਰ ਆ ਸਭ ਤੋਂ ਵੱਧ ਡਰਪੋਕ ਕਲਾਕਾਰ ਫਿਲਮਾਂ 'ਚ ਸਟੰਟੀ ਕਰਦੇ ਆ ਅਸਲ ਦੇ ਵਿੱਚ ਇਹਨਾਂ ਦੇ ਪੱਲੇ ਡੱਕਾਣੇ ਹੁੰਦਾ ਫਿਲਮਾਂ 'ਚ ਬੜਾ ਮਾ ਕੇ ਸਾਰਾ ਕੁਝ ਕਰਦੇ ਆ ਠੀਕ ਹੈ ਉਹਦੇ ਵਿੱਚ ਕੀ ਇੱਕ ਬੰਦਾ 10-10 ਨੂੰ ਢਾਹ ਲੈਂਦਾ ਉੱਥੇ ਪ੍ਰਾਈਮ ਮਿਨਿਸਟਰ ਨਾਲ ਵੀ ਪੰਗਾ ਲੈਂਦੇ ਆ ਪੋਲੀਟੀਕਲ ਵੀ ਪੰਗੇ ਲੈਂਦੇ ਆ ਪਰ ਨਿੱਜੀ ਮੈਂ ਕਿ ਤੌਰ ਤੇ ਕਿੰਨੇ ਕ ਕਲਾਕਾਰ ਨੇ ਜਿਹੜੇ ਨਿੱਤਰ ਕੇ ਲੋਕਾਂ ਦੇ ਨਾਲ ਖੜ ਕੇ ਉਹਨਾਂ ਦੇ ਖਿਲਾਫ ਲੜਾਈ ਲੜਨ ਨੂੰ ਤਿਆਰ ਨੇ ਇਹ ਲੋਕ ਨਾ ਜਿਹੜੇ ਕਲਾਕਾਰ ਸਭ ਤੋਂ ਵੱਡੇ ਚਮਚੇ ਨੇ ਮੈਂ ਇੱਕ ਗੱਲ ਕਹਿਣਾ ਹੁੰਨਾ ਕਿ ਕਈ ਲੋਕ ਨਾ ਕਲਾਕਾਰਾਂ ਤੋਂ ਆਸ ਬੜੀ ਵੱਡੀ ਰੱਖਦੇ ਆ ਮੈਂ ਇੱਕ ਗੱਲ ਕਹਿਣਾ ਹੁਣ ਅਕਸਰ ਮੈਂ ਸਟੇਜਾਂ ਤੇ ਵੀ ਬੋਲਦਾ ਹਾਂ ਕਿ ਕਲਾਕਾਰ ਤੋਂ ਬਹੁਤੀ ਆਸ ਨਾ ਰੱਖਿਓ ਕਿਉਂਕਿ ਕੀ ਇਹ ਸਮਾਜ ਨੂੰ ਚੇਂਜ ਲਿਆਉਣ ਵਾਸਤੇ ਜਾਂ ਉਹਨਾਂ ਨਾਲ ਮੱਥਾ ਲਾਉਣ ਵਾਸਤੇ ਥੋੜਾ ਕਿਰਦਾਰ ਹੋਣਾ ਬਹੁਤ ਜ਼ਰੂਰੀ ਹੈ ਤੇ ਜ਼ਿਆਦਾਤਰ ਕਲਾਕਾਰਾਂ ਦੇ ਕਿਰਦਾਰ ਨਹੀਂ ਹੁੰਦੇ ਤੇ ਕਿਰਦਾਰ ਬਿਨਾਂ ਲੜਾਈ ਲੜੀ ਨਹੀਂ ਜਾ ਸਕਦੀ ਇਸ ਕਰਕੇ ਇਹਨਾਂ ਤੋਂ ਬਹੁਤ ਹੀ ਆਸ ਨਾ ਰੱਖਿਓ ਜਿਹੜਾ ਕੋਈ ਬੰਦਾ ਸਮਾਜ ਦੇ ਵਿੱਚ ਡਟ ਕੇ ਖੜਦਾ ਮੀਰ ਖਾਨ ਵਰਗਾ ਬੰਦਾ ਯਾਰ ਉਹਨੇ ਕਿਹੜੇ ਮਾਫੀਆ ਨਾਲ ਮੱਥਾ ਨਹੀਂ ਲਾਇਆ 7 ਮਈ ਵਜੇ ਤੇ ਪ੍ਰੋਗਰਾਮ ਰਾਹੀਂ ਉਹੋ ਜਿਹੇ ਬੰਦਿਆਂ ਦੀ ਸਪੋਰਟ ਜ਼ਰੂਰ ਕਰੋ ਕਿਉਂਕਿ ਕਲਾ ਕੁਲਾਕਾਰ ਜਿਹੜੇ ਹੈਗੇ ਆ ਮੈਂ ਉਹੀ ਗੱਲ ਕਰਦਾ ਬਈ ਜੀ ਸਭ ਤੋਂ ਵੱਧ ਦੁੱਖ ਕੀ ਆ ਪੂਰਾ ਪੰਜਾਬ ਬੋਲਿਆ ਪੂਰਾ ਮੁਲਕ ਰੋਇ ਕਲਾਕਾਰ ਕਿਹੜਾ ਬੋਲਿਆ ਯਾਰ ਉਦੋਂ ਬਾਅਦ ਕੀ ਆ ਮੈਂ ਕਹਣਾ ਕਰਮਜੀਤ ਅਨਮੋਲ ਪ੍ਰਧਾਨ ਬਣਾ ਕੇ ਉਹਨਾਂ ਨੇ ਇੱਕ ਮੈਂ ਕਿਹਾ ਆਪਣੀ ਸੰਗਠਨ ਵੀ ਬਣਾਇਆ ਹੋਇਆ ਉਹ ਸੰਗਠਨ ਬਲੋ ਕਿੱਦੇ ਕੋਈ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਜਲਦੀ ਤੋਂ ਜਲਦੀ ਕਰੋ ਨਹੀਂ ਅਸੀਂ ਭਈ ਆਲਟੀਮੇਟਮ ਦੇ ਕੇ ਕੁਝ ਕਿਹਾ ਹੋਵੇ ਯਾਰ ਲਹਣਤਾ ਇਹਨਾਂ ਤੇ ਮੈਂ ਕਹਣਾ ਕਲਾਕਾਰਾਂ ਨੂੰ ਜਿੰਨਾ ਚਿਰ ਅਸੀਂ ਬੰਦੇ ਦੇ ਨਾਲ ਬੰਦਾ ਖੜ ਨਹੀਂ ਲੱਗਦਾ ਹੁਣ ਇਹ ਪੋਲੀਟੀਸ਼ੀਅਨ ਸਾਰੇ ਪਾਰਟੀਆਂ 'ਚ ਅਟਟ ਹੋ ਕੇ ਇਕੱਠੇ ਨੇ ਕਿਉਂਕਿ ਸਾਰੇ ਚੋਰ ਨੇ ਤੇ ਸਾਨੂੰ ਵੀ ਇਕੱਠੇ ਹੋਣਾ ਪਊ ਉਹਨਾਂ ਦੇ ਖਿਲਾਫ ਇਹ ਗਿਣਤੀ ਦੇ ਵਿੱਚ 1% ਵੀ ਹੈ ਨਹੀਂ ਅਸੀਂ 99% ਲੋਕ ਯਾਰ ਆਸਮੇ ਖਿੰਡੇ ਹੋਏ ਆ ਖਿੰਡੇ ਨਹੀਂ ਖੰਡਾਏ ਹੋਏ ਆ ਉਹ ਖੰਡਾਇਆ মিডিਆ ਹਾਊਸ ਨੇ ਕਰਕੇ ਸਭ ਤੋਂ ਪਹਿਲੀ ਲੜਾਈ মিডিਆ ਨਾਲ ਲੜਨੀ ਪੈਣੀ ਆ ਤੇ মিডিਆ ਜੇ ਸਹੀ ਸਿੱਧੇ ਰਾਹ ਤੇ ਪੈ ਗਿਆ ਤੇ ਮੈਂ ਕਹਣਾ ਬਈ ਜੀ ਲੋਕਤੰਤਰ ਦੀ ਬਹਾਲੀ ਵਾਸਤੇ ਸਭ ਤੋਂ ਵੱਡਾ ਜਿਹੜਾ ਸਾਡਾ ਵੈਪਨ ਆ ਅੱਜ ਉਹੀ ਪੋਲਿਟੀਕਲ ਵੈਪਨ ਸਾਡੇ ਖਿਲਾਫ ਵਰਤਿਆ ਜਾ ਰਿਹਾ ਬੋਲਣ ਤੇ ਗਾਲਾਂ ਵਾਈਆਂ ਜਾ ਰਹੀਆਂ ਨੇ ਤੇ ਉਹੀ মিডিਆ ਨੂੰ ਮਾਕੇ ਜੇਕਰ ਸਹੀ ਪਾਸੇ ਲਾਇਆ ਜਾਵੇ ਤਾਂ ਅਸਲ ਜਿਹੜੀ ਕੀ ਆ ਸੋਨੇ ਦੀ ਚਿੜੀ ਜਿਹੜਾ ਸੀ ਕਹਿ ਦਿੰਨੇ ਆ ਉਹ ਅਸੀਂ ਮੁਲਕ ਦੇਖ ਸਕਦੇ ਆ ਤੇ ਫੇਰ ਕੀ ਆ ਉਹਨੂੰ ਕਾਇਮ ਕਰਨ ਵਾਸਤੇ ਮੈਂ ਇੱਕੋ ਵਾਰ-ਵਾਰ ਬੇਨਤੀ ਕਰਦਾ ਕਿ ਭਾਈਚਾਰਾ ਕਾਇਮ ਕਰਨਾ ਬਹੁਤ ਜ਼ਰੂਰੀ ਆ ਕਿਸੇ ਬੰਦੇ ਦੇ ਦਿਮਾਗ 'ਚ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਕੱਖ ਨਹੀਂ ਹੈ ਸਿਰਫ ਕੀ ਆ ਸਾਰੇ ਬੰਦੇ ਮਿਲ ਕੇ ਰਹਿਣਾ ਚਾਹੁੰਦੇ ਆ ਪਰ ਇਹ ਵੋਟਾਂ ਵੇਲੇ ਜਿਹੜਾ ਇਹ ਪ੍ਰੋਪਾਗੈਂਡਾ ਖੜਾ ਕਰਦੇ ਆ ਜਮੀਰ ਖਾਨ ਦੇ ਨਾਂ ਤੇ ਖੜਾ ਕਰਦੇ ਆ ਇਹ ਚੀਜ਼ਾਂ ਕੀ ਆ ਇੱਕ ਧੂਣੀ ਲਾਈ ਜਾਂਦੀ ਆ ਇਸੇ ਨੂੰ ਆਉਣ ਵਾਲੇ ਟਾਈਮ 'ਚ ਕੀ ਆ 24 ਦੇ ਨੇੜੇ ਲਾ ਜਾ ਕੇ ਅੱਗ ਦੇ ਰੂਪ 'ਚ ਦੰਗੇ ਹੋਣਗੇ ਸਭ ਕੁਝ ਹੋਣਗੇ ਉਹਦੇ ਨਾਂ ਤੇ ਫਿਰ ਹਿੰਦੂਤਵ ਦੇ ਨਾਂ ਅਸਲ ਦੇ ਵਿੱਚ ਖੋਕ ਹੀ ਰਿਹਾ ਇੱਕ ਭੈ ਪੈਦਾ ਕੀਤਾ ਜਾ ਰਿਹਾ ਉਹਦੇ ਭੈ ਪੈਦਾ ਕਰਕੇ ਬਾਈ ਜੀ ਫਿਰ ਕੀ ਆ ਲੋਕਾਂ ਨੂੰ ਜੋੜਿਆ ਜਾ ਰਿਹਾ ਅੱਜ ਮੈਂ ਕਹਣਾ ਮੁਲਕ 'ਚ ਜਿੱਥੇ ਯਾਰ ਮジョਰਿਟੀ ਹਿੰਦੂਆਂ ਦੀ ਆ ਹਿੰਦੂ ਨੂੰ ਕੀ ਖਤਰਾ ਦਿਖਾਇਆ ਜਾ ਰਿਹਾ ਵੀ ਹਿੰਦੂ ਖਤਰੇ 'ਚ ਪੰਜਾਬ ਦੇ ਵਿੱਚ ਸਿੱਖ ਖਤਰੇ 'ਚ ਉਹ ਕਿਉਂ ਦਿਖਾਇਆ ਜਾ ਰਿਹਾ ਪੋਲਰਾਈਜੇਸ਼ਨ ਹੋ ਰਹੀ ਆ ਮੀਡੀਆ ਥਰੂ ਹੋ ਰਹੀ ਆ ਉਹ ਡਰ ਨੂੰ ਪਰਸੈਪਸ਼ਨ ਕੀ ਆ ਕ੍ਰੀਏਟ ਕੀਤੀ ਜਾ ਰਹੀ ਹੈ ਹਾਲਾਂਕਿ ਡਰ ਕਿਤੇ ਵੀ ਨਹੀਂ ਅਸੀਂ ਪੰਜਾਬ ਦੇ ਵਿੱਚ ਮਲੇਰਕੋਟਲੇ ਵਿੱਚ ਮੁਸਲਮਾਨ ਵੀਰ ਬੈਠਿਆ ਸਾਰੇ ਭਰਾਵਾਂ ਦੇ ਵਿੱਚ ਕੋਈ ਡਰ ਨਹੀਂ ਕੋਈ ਡੁੱਕਰ ਨਹੀਂ ਕੋਈ ਦੰਗੇ ਨਹੀਂ ਪਰ ਜਿੱਦੇ ਪੋਲੀਟਿਕਲ ਲੋਕ ਚਾਹਣਗੇ ਉਹਦੇ ਦੰਗੇ ਵੀ ਕਰਾਉਣਗੇ ਉਹ ਕਰਾਉਣਗੇ ਤਾਂ ਕਿਉਂਕਿ ਸਾਡੀ ਸੁਰਤ ਸੁੱਤੀ ਪਈ ਆ ਤੇ ਗੁਰਵਾਣੀ ਕਹਿੰਦੀ ਆ ਜੋ ਜਾਗਿਆ ਸੋ ਉਬਰੇ ਸੁੱਤੇ ਗਏ ਮਹਾਏ ਜਾਗ ਪੋ ਹੱਥ ਬੰਨ ਕੇ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਰੁਪਿੰਦਰ ਭਾਈ ਕੀਮਤੀ ਸਮੇਂ ਚ ਸਮੇਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸੋ ਗੱਲਬਾਤ ਹਰਪਿੰਦਰ ਭਾਈ ਦੇ ਨਾਲ ਕਲੀ ਕਰੀਆ ਮੂਵੀ ਅਮੀਰ ਖਾਨ ਦੀ ਆ ਰਹੀ ਆ ਲਾਲ ਸਿੰਘ ਚੱਡਾ ਬਾਰੇ ਅਸੀਂ ਇੱਕੋ ਬੇਨਤੀ ਕਰਦੇ ਹਾਂ ਕਿ ਅਦਾਕਾਰ ਬਾਰੇ ਉਸ ਸੈਕਟਰ ਬਾਰੇ ਪਿਛੋਕੜ ਦੇ ਵਿੱਚ ਜਾਣ ਜਰੂਰ ਲਿਓ ਕਿਸ ਤਰ੍ਹਾਂ ਦੀਆਂ ਫਿਲਮਾਂ ਆਉਂਦੀਆਂ ਰਹੀਆਂ ਨੇ ਕਿਸ ਤਰ੍ਹਾਂ ਦੇ ਸੁਨੇਹੇ ਜਿਹੜੇ ਆ ਮਿਲਦੇ ਰਹੇ ਆ ਜਾਂ ਕੀ ਕੀ ਕੰਮ ਜਿਹੜੇ ਆ ਭਲਾਈ ਦੇ ਲਈ ਕੀਤੇ ਆ ਲੋਕਾਂ ਦੇ ਲਈ ਜਿਹੜੇ ਕੀਤੇ ਆ ਤੇ ਜੇਕਰ ਤੁਹਾਨੂੰ ਫਿਰ ਵੀ ਲੱਗੇ ਤੇ ਵਾਕਿਆ ਦੇ ਵਿੱਚ ਇਨਸਾਨ ਗਲਤ ਹੈ ਵਾਕਿਆ ਦੇ ਵਿੱਚ ਯਾਰ ਚੰਗੀ ਚੀਜ਼ ਨਹੀਂ ਅੱਜ ਤੱਕ ਕੋਈ ਪੇਸ਼ ਹੀ ਨਹੀਂ ਕੀਤੀ ਤੇ ਤੇ ਹੁਣ ਚੰਗੀ ਚੀਜ਼ ਜਿਹੜੀ ਆ ਉਹ ਕੀ ਪੇਸ਼ ਕਰ ਦੂ ਤਾਂ ਪਮੇ ਨਾ ਜਾਇਓ ਪਰ ਜੇ ਤੁਹਾਨੂੰ ਵਾਕਿਆ ਦੇ ਵਿੱਚ ਲੱਗਿਆ ਕਿ ਬੰਦਾ ਯਾਰ ਕਰਤਾਰ ਦੇ ਵਿੱਚ ਖੁੱਭ ਕੇ ਬੰਦੇ ਨੇ ਕੋਈ ਨਾ ਕੋਈ ਚੀਜ਼ ਬਣਾਈ ਆ ਤੁਹਾਡੇ ਲਈ ਬਣਾਈ ਆ ਤੇ ਪੰਜਾਬ ਦੇ ਵਿੱਚ ਆ ਕੇ ਅਮੀਰ ਖਾਨ ਅਪੀਲ ਵੀ ਕਰ ਰਿਹਾ ਕਿ ਯਾਰ ਇੱਕ ਵਾਰੀ ਫਿਲਮ ਦੇਖਣ ਜਾਇਓ ਜ਼ਰੂਰ ਤੇ ਅਸੀਂ ਵੀ ਅਪੀਲ ਇਹੀ ਕਰਦੇ ਆ ਕਿ ਫਿਲਮ ਦੇਖਣ ਜਾਇਓ ਜ਼ਰੂਰ ਅਗੇ ਵੀ ਮਿਲਦੇ ਰਹਾਂਗੇ ਹੁਣ ਆਪਣੇ دوست ਜਸਕਰੇ ਬੰਦੋ ਯਾਦ ਤੱਕ ਦੇਖਦੇ ਰਹੋ ਆ ਰੰਮੀ ਟੈਲੀਵਿਜ਼ਨ ਧੰਨਵਾਦ ਜੀ